ਵਿਦੇਸ਼ਾਂ ਦੀ ਧਰਤੀ ਤੇ ਬੜਾ ਹੀ ਔਖਾ ਕਾਰਜ ਹੈ, ਖਾਸ ਕਰਕੇ ਅਮਰੀਕਾ ਵਰਗੇ ਦੇਸ਼ ਵਿੱਚ ਬੜਾ ਵੱਡਾ ਕਾਰਜ ਹੈ। ਲੋਕ ਬੜੀ ਦੇਰ ਤੱਕ ਅਸਤ ਲੈ ਕੇ ਬੈਠੇ ਰਹਿੰਦੇ ਨੇ ਆਪਣੇ ਪੈਰਿਆਂ ਦੇ, ਕਦੋਂ ਲੈ ਕੇ ਜਾਣੇ ਨੇ। ਪਰ ਮੈਂ ਬੜਾ ਹੈਰਾਨ ਰਿਹਾ, ਜਿੱਥੇ ਪਾਣੀ ਵਿੱਚ ਤੁਸੀਂ ਕੁਝ ਵੀ ਨਹੀਂ ਸੁੱਟ ਸਕਦੇ, ਸੜਕ 'ਤੇ ਨਹੀਂ ਸੁੱਟ ਸਕਦੇ, ਪਾਣੀ 'ਚ ਕਿਵੇਂ ਸੁੱਟ ਸਕਦੇ ਹੋ? ਉਹਨਾਂ ਦੇਸ਼ ਦਾ ਰਹਿਣਾ ਸਹਿਣਾ ਇੱਦਾਂ ਦਾ। ਸਤਿਕਾਰਯੋਗ ਬਾਬਾ ਦਲਜੀਤ ਸਿੰਘ ਜੀ ਨੂੰ, ਉਹਨਾਂ ਦੀ ਪ੍ਰੇਰਨਾ ਸੀ ਪਿਤਾ ਜੀ ਦੀ। ਪੁੱਤਰਾ, ਬਹੁਤ ਲੋਕ ਆਉਂਦੇ ਨੇ ਅਤੇ ਜਾਂਦੇ ਨੇ ਸੰਸਾਰ ਤੋਂ, ਪਿਆਰਿਆਂ ਦੇ ਅਸਤ ਲੈ ਕੇ ਸੰਗਤ ਬੈਠੀ ਰਹਿੰਦੀ ਹੈ, ਇਹਦੇ ਲਈ ਕੁਛ ਕਰੋ। ਮੈਂ ਬੇਨਤੀ ਕਰਾਂ ਉਸ ਸਰਕਾਰ ਤੋਂ ਆਗਿਆ ਲਈ, ਸਤਿਕਾਰਯੋਗ ਬਾਬਾ ਦਲਜੀਤ ਸਿੰਘ ਹੋਰਾਂ, ਇਸ ਤਰ੍ਹਾਂ ਯਤਨ ਕਰੀਏ ਕਿ ਤਿੰਨ ਤਿੰਨ ਚਾਰ ਚਾਰ ਮਿੰਟ ਸਾਰੇ ਉਸ ਸਤਿਕਾਰਤ ਹਸਤੀ ਨੂੰ, ਜਿਨ੍ਹਾਂ ਨੇ ਇਸ ਪਰਿਵਾਰ ਨੂੰ ਖਾਲਸਾ ਰੂਪ ਦਿੱਤਾ ਔਰ ਖਾਲਸਾ ਪਰਿਵਾਰ ਬਣਾ ਦਿੱਤਾ ਸਾਰਿਆਂ ਨੂੰ, ਔਰ ਖਾਸ ਕਰਕੇ ਬਾਬਾ ਦਲਜੀਤ ਸਿੰਘ ਵਰਗੀ ਮਹਾਨ ਹਸਤੀ ਦਿੱਤੀ, ਜਿਨ੍ਹਾਂ ਨੇ ਵਿਦੇਸ਼ ਵਿੱਚ ਵੀ ਜਾ ਕੇ ਸਾਡੇ ਝੰਡੇ ਨੂੰ ਬੁਲੰਦ ਕੀਤਾ, ਉਸ ਨਿਸ਼ਾਨ ਸਾਹਿਬ ਨੂੰ ਲਹਿਰਾਇਆ ਜਾ ਕੇ ਇਸ ਧਰਤੀ ਤੋਂ ਜਾ ਕੇ। ਮੈਂ ਬੇਨਤੀ ਕਰਾਂਗਾ ਸਾਰੀਆਂ ਸਤਿਕਾਰਤ ਹਸਤੀਆਂ ਨੂੰ ਕਿ ਥੋੜ੍ਹੇ ਥੋੜ੍ਹੇ ਮਿੰਟ, ਤਿੰਨ ਤਿੰਨ ਚਾਰ ਚਾਰ ਮਿੰਟ ਲਈ ਆਪਣੇ ਵੱਲੋਂ ਕੀ ਨਿਰਦੇਸ਼ਾਂ ਦਾ ਪੇਟ ਕਰਨਗੇ। ਸਿੰਘ ਸਾਹਿਬ ਜੀ ਤੋਂ ਪਹਿਲੇ ਥੋੜ੍ਹੇ ਬੁਲਾ ਰਹੇ ਮੈਂ, ਕਿਉਂਕਿ ਸਤਿਕਾਰਯੋਗ ਜਨਰਲ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ, ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ, ਜਿਹੜੇ ਮਹਾਰਾਜ ਦੇ ਹਜ਼ੂਰ ਬਹਿ ਕੇ ਸੇਵਾ ਨਿਭਾ ਰਹੇ ਨੇ ਚੌਰ ਸਾਹਿਬ ਦੀ, ਗਿਆਨੀ ਇਕਬਾਲ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ। ਮੈਂ ਬੇਨਤੀ ਕਰਦਾ ਬਾਬਾ ਦਲਜੀਤ ਸਿੰਘ ਜੀ, ਤੁਹਾਡੇ ਨਾਲ ਸਮੁੱਚਾ ਹੀ ਖਾਲਸਾ ਪੰਥ ਖੜਾ ਹੈ, ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ, ਮੈਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਾਬਾ ਚਰਨ ਸਿੰਘ ਜੀ, ਸਰਦਾਰ ਚਰਨ ਸਿੰਘ ਜੀ ਹੋਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਮੇਰੇ ਨਾਲ ਆਏ ਬਾਬਾ ਮਨਮੋਹਨ ਸਿੰਘ ਜੀ, ਬਾਬਾ ਤਰਸੇਮ ਸਿੰਘ ਜੀ ਮੋਹਰਾਂ ਵਾਲੀ, ਬਾਬਾ ਜੋਗਾ ਸਿੰਘ ਜੀ, ਸਾਰਿਆਂ ਵੱਲੋਂ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ, ਜਿਵੇਂ ਮਹਾਰਾਜ ਨੇ ਕਿਹਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਤੂ। ਲੈ ਕੇ ਜਾਣਾ ਚਾਹੁੰਦੇ ਫਿਰ ਦੂਈ ਦਵੇਸ਼ ਵਾਲੇ ਨੂੰ ਕੁਝ ਨਹੀਂ ਮਿਲਦਾ, ਪਿਆਰ ਵਿੱਚ ਆ ਜਾਓ ਸਾਰੇ, ਮਹਾਰਾਜ ਦਾ ਸ਼ੁਕਰ ਕਰੀਏ ਸਾਰਿਆਂ ਦਾ ਹੀ, ਧੰਨਵਾਦ। ਤੇ ਬਾਬਾ ਜੀ ਪਿਆਰੀ ਰੂਹ ਨੇ, ਮਹਾਰਾਜ ਕਿਰਪਾ ਕਰੇ, ਇਹ ਇੱਥੇ ਹੀ ਨਹੀਂ ਜਿਵੇਂ ਜੋਹਲ ਸਾਹਿਬ ਨੇ ਦੱਸਿਆ ਅਮਰੀਕਾ ਦੀ ਧਰਤੀ, ਆਪਣੇ ਇਲਾਕੇ ਵਿੱਚ ਜ਼ਿਲ੍ਹੇ ਵਿੱਚ ਤੇ ਹਰ ਕੋਈ ਮਾਣ ਸਤਿਕਾਰ ਪਾ ਲੈਂਦਾ, ਉੱਥੇ ਏਡੇ ਵੱਡੇ ਮਾਣ ਸਤਿਕਾਰ ਮਿਲਣੇ, ਇਹ ਬਾਣੀ ਅਤੇ ਬਾਣੇ ਦਾ ਪ੍ਰਤਾਪ, ਇਹ ਸਤਿਗੁਰੂ ਦੀ ਰਹਿਮਤ। ਜਿੱਥੇ ਬਾਬਾ ਜੀ ਡਾਕਟਰ ਸਾਹਿਬ ਚਰਨ ਸਿੰਘ ਜੀ ਹੋਰਾਂ ਨੂੰ ਨਮਸਕਾਰ, ਪਰਿਵਾਰ ਨੂੰ ਬੜੇ ਪਿਆਰ ਦੇ ਨਾਲ, ਅਦਬ ਦੇ ਨਾਲ ਦੋਨੋਂ ਹੱਥ ਜੋੜ ਕੇ ਦਿਲ ਦੀ ਕੁਦਰਤ ਦੇ ਨਾਲ ਖਿਲਵਾੜ ਕਰਨੇ ਸ਼ੁਰੂ ਕਰ ਦਿੱਤੇ, ਤੇ ਜੇ ਕੁਝ ਕਰਾਂਗੇ ਤੇ ਭਰਾਂਗੇ ਵੀ, ਮਹਾਰਾਜ ਕਿਰਪਾ ਕਰੇ। ਅੱਜ ਉਹ ਮਾਤਾ ਉਹ ਸਿਮਰਨ ਵਾਲੀਆਂ ਮਾਵਾਂ ਦੀ ਲੋੜ ਏ, ਜਿਹਨਾਂ ਦੀ ਕੁੱਖ ਚੋਂ ਸਤਿਗੁਰੂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬਖਸ਼ਿਸ਼ ਜਿਹੜੀ ਹੈ। ਸਰਦਾਰ ਹਰਦੀਪ ਸਿੰਘ ਜੀ ਹੋਰਾਂ ਨੂੰ ਬੇਨਤੀ ਹੈ, ਸਰ ਪਰਮਜੀਤ ਸਿੰਘ ਜੀ ਖਾਲਸਾ, ਸਰ ਰਣਜੀਤ ਸਿੰਘ ਜੀ ਹੋਰਾਂ ਖਾਲਸਾ ਜੀ ਦੇ ਸਪੁੱਤਰ, ਇਹ ਸਾਰੇ ਪਰਿਵਾਰ ਨੂੰ ਸਤਿਗੁਰੂ ਦੀ ਬਖਸ਼ਿਸ਼ ਦਿੱਤੀ ਜਾ ਰਹੀ ਹੈ ਜੀ। ਬੋਲੇ ਸੋ ਨਿਹਾਲ, ਤਖ਼ਤ ਸਾਹਿਬਾਨ ਵੱਲੋਂ ਵੀ ਉਚੇਚ ਤੌਰ 'ਤੇ, ਪੰਥ ਅਕਾਲੀ ਬੁੱਢਾ ਦਲ ਵੱਲੋਂ ਜੈਤਰ ਬਾਬਾ ਬਲਵੀਰ ਨੂੰ, ਇਹਨਾਂ ਸਾਰੀਆਂ ਸਤਿਕਾਰਤ ਹਸਤੀਆਂ ਨੂੰ ਮੈਂ ਬੇਨਤੀ ਕਰਾਂਗਾ ਬੜੇ ਅਦਬ ਦੇ ਨਾਲ। ਬੀਬੀ ਰਣਜੀਤ ਕੌਰ ਜੀ ਮੈਂਬਰ ਐਸਜੀਪੀ ਸੀ ਉਚੇਚ ਤੌਰ 'ਤੇ, ਜਿੱਥੇ ਏਡੇ ਏਡੇ ਵੱਡੇ ਮਹਾਂਪੁਰਸ਼ ਢਾਡੀ ਰਾਗੀ ਸਿੰਘ ਸਾਹਿਬ, ਕਿਹੜੇ ਕਿਹੜੇ ਵੱਡੇ ਕੀਰਤਨੀ ਹੈ, ਅਤੇ ਸਾਰਾ ਮਲਕ ਜੇ ਕੰਨੀ ਸੁਣੇਗਾ ਮੂੰਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਏ ਹੱਡਾ ਕੋ ਕੜਕਾਏ, ਸਾਹੇ ਲਿਖੇ ਨਾ ਚੱਲਣੇ ਜਿੰਦੋ ਕੋ ਸਮਝਾਏ, ਜਿੰਦ ਬੁੱਟੀ ਮਰਨ ਵਰ ਲੈ ਜਾਸੀ ਪ੍ਰਣਾਏ।
ਡਾਕਟਰ ਸਾਹਿਬ ਸਾਡੇ ਪਿੰਡਾਂ ਦੇ ਸਨ, ਸਾਡੀ ਵੱਟ ਨਾਲ ਵੱਟ ਸਨ ਜੀ। ਮੈਨੂੰ 1980 ਵਿੱਚ MLA ਬਣਾਉਣ ਵਾਲੇ ਜਿਹੜੇ ਵੱਡੇ ਬਜ਼ੁਰਗ ਜਿਨ੍ਹਾਂ ਦੀ ਮੈਨੂੰ ਆਸ਼ੀਰਵਾਦ ਨਸੀਬ ਹੋਈ, ਉਹਦੇ ਵਿੱਚ ਡਾਕਟਰ ਚਰਨ ਸਿੰਘ ਸਾਹਿਬ ਸ਼ਾਮਿਲ ਸਨ। ਮੈਨੂੰ ਉਹਨਾਂ ਦੀ ਬੜੀ ਵੱਡੀ ਸਰਪ੍ਰਸਤੀ ਮਿਲੀ। ਕਿਹੇ ਗੁਰੂ ਪਿਤਾ, ਇੱਕ ਦਫ਼ਾ ਕਸ਼ਮੀਰੀ ਤੇਰੇ ਕੋਲ ਆਏ ਸਨ, ਤੂੰ ਆਪਣਾ ਸੀਸ ਦੇ ਦਿੱਤਾ ਸੀ ਅਤੇ ਮੈਂ ਤੇਰੇ ਕਦਮਾਂ 'ਤੇ ਸਜਦਾ ਕਰਦਿਆਂ ਕਸ਼ਮੀਰ ਦੀ ਰਾਖੀ ਲਈ ਆਪਣਾ ਸੀਸ ਦੇਣ ਜਾ ਰਿਹਾ। ਉਹਨਾਂ ਨੇ ਆਪਣੀ ਵੱਡੀ ਸੇਵਾ ਸਮਰਪਿਤ ਕੀਤੀ ਅਤੇ ਫਿਰ ਪੰਜਾਬ ਹੈਲਥ ਸਿਸਟਮ ਵਿੱਚ ਉਹਨਾਂ ਨੇ ਲੰਬਾ ਸਮਾਂ ਸੇਵਾਵਾਂ ਨਿਭਾਈਆਂ। ਇਸ ਲਈ ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਪ੍ਰਧਾਨ ਹੋਣ ਦੇ ਨਾਤੇ, ਆਪਣੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸ ਮਹਾਨ ਆਤਮਾ ਨੂੰ ਸਤਿਕਾਰ ਭੇਟ ਕਰਦਾ ਹਾਂ ਔਰ ਸ਼ਰਧਾ ਦੇ ਫੁੱਲ ਭੇਟ ਕਰਦਾ, ਇੰਨੀ ਹਾਜ਼ਰੀ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਮੈਂ ਸਮਝਦਾ ਕਿ ਇਹਨਾਂ ਨੇ ਦੁਨੀਆ ਦੇ ਉੱਤੇ ਜੇ ਆਪਣੀ ਇੱਕ ਮਹਿਕ ਖਿਲਾਰੀ ਹੈ ਤਾਂ ਉਹ ਡਾਕਟਰ ਚਰਨ ਸਿੰਘ ਜੀ ਜਾਂ ਇਹਨਾਂ ਦੇ ਮਾਤਾ ਜਿਹੜੇ ਸੀ ਉਹਨਾਂ ਦੀ ਸਿੱਖਿਆ ਕਰਕੇ। ਸੋ ਮੈਂ ਆਪਣੇ ਵੱਲੋਂ ਇਸ ਗਹਿਰੇ ਦੁੱਖ ਦੀ ਘੜੀ ਦੇ ਵਿੱਚ ਆਪਣੇ ਵੱਲੋਂ ਅਤੇ ਸਾਡੀ ਵੱਡੀ ਪਾਰਟੀ ਜਿਸ ਤਰ੍ਹਾਂ ਅਟਵਾਲ ਸਾਹਿਬ ਕਹਿ ਕੇ ਗਏ ਹੈ, ਚੰਦੂ ਮਾਜਰਾ ਸਾਹਿਬ ਵੀ ਸਵੇਰੇ ਹੋ ਕੇ ਗਏ ਹੈ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸਹਿਮਾਨ ਸਾਡੀ ਸਾਰੀ ਦੀ ਸਾਰੀ ਲੀਡਰਸ਼ਿਪ ਇੱਥੇ ਹਾਜ਼ਰ ਹੈ, ਵੱਡਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਗਹਿਰੇ ਦੁੱਖ ਦੇ ਵਿੱਚ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਲੈਂਦੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਾ ਹੋਈ ਸਹਾਇ, ਹਰ ਜਨ ਹਰ ਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਤੇਗ ਬਹਾਦਰ ਸਿਮਰਿਐ, ਕਰ ਨਉ ਨਿਤ ਆਵੈ ਧਾਇ, ਸਭ ਥਾਈ ਹੋਇ ਸਹਾਇ। ਦਸਵੇਂ ਪਾਤਸ਼ਾਹ ਦਾਹੇ ਬੰਦ ਹੋ ਵਣ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਹੋਏ ਕਿਰਪਾਲ, ਸੋਈ ਬਿਤ ਹੈ ਬੂਝੈ, ਤਾ ਕੀ ਨਿਰਮਲ ਰੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦੀ ਯਾਦ ਵਿੱਚ ਬਹੁਤ ਅਜ਼ੀਮ ਸ਼ਖਸੀਅਤਾਂ, ਰਾਜਨੀਤਿਕ, ਸਮਾਜ ਸੇਵੀ, ਵਿਦਵਾਨ, ਧਾਰਮਿਕ ਸ਼ਖਸੀਅਤਾਂ ਆਈਆਂ ਨੇ। ਕਿਉਂ? ਜਿੱਥੇ ਉਹਨਾਂ ਨੇ ਇੱਕ ਫੌਜ ਦੇ ਅਫਸਰ ਦੇ ਰੂਪ ਦੇ ਵਿੱਚ ਦੇਸ਼ ਦੀ ਸੇਵਾ ਕੀਤੀ ਹੈ, ਨਾਜ਼ੀਆਂ ਦੇ ਨਾਲ ਸੀਰੀਆ, ਇਰਾਕ, ਮਿਸਰ ਦੇ ਵਿੱਚ ਲੜੇ ਨੇ ਔਰ ਬਰਮਾ ਦੇ ਵਿੱਚ ਫਰੰਟ 'ਤੇ ਜਾ ਕੇ ਲੜੇ ਨੇ, ਸੀਨਾ ਤਾਣ ਕੇ ਦੇਸ਼ ਦੀ ਰਾਖੀ ਕੀਤੀ ਹੈ ਔਰ ਉਹਦੇ ਬਦਲੇ ਉਹਨਾਂ ਨੂੰ ਸਨਮਾਨ ਮਿਲਿਆ। ਉੱਥੇ ਉਹਨਾਂ ਨੇ ਜਿਹੜਾ ਕਸ਼ਮੀਰ ਦੀ ਆਜ਼ਾਦੀ ਦਾ ਅੱਜ ਮੁੱਦਾ ਹੈ, ਕਸ਼ਮੀਰ ਦਾ ਮੁੱਦਾ ਹੈ, ਕਸ਼ਮੀਰ ਦੀ ਆਜ਼ਾਦੀ ਦੇ ਲਈ ਵੀ ਉਹਨਾਂ ਨੇ ਆਪਣਾ ਯੋਗਦਾਨ ਪਾਇਆ। ਇੱਕ ਸਮਾਗਮ ਜਿਹੜਾ ਗੁਰਮਤਿ ਸਮਾਗਮ ਹੋ ਨਿਕਲਿਆ ਅਤੇ ਅਸੀਂ ਸਾਰਿਆਂ ਦਾ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਨਿੱਜੇ ਤੌਰ 'ਤੇ ਹਾਜ਼ਰ ਹੋਏ ਨੇ ਕਿਉਂਕਿ ਬਾਬਾ ਜੀ ਨਾਲ ਬੜਾ ਅਥਾਹ ਉਹਨਾਂ ਦਾ ਪਿਆਰ ਅਤੇ ਸਤਿਕਾਰ ਹੈ। ਸਤਿਕਾਰ ਜੋ ਸਿੰਘ ਸਾਹਿਬ ਯਾਨੀ ਰਘਵੀਰ ਸਿੰਘ ਜੀ, ਜਦੋਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਉਹ ਵੀ ਹਾਜ਼ਰ ਨੇ, ਸਤਿਕਾਰ ਜੋ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ, ਜਦੋਂ ਤੱਕ ਸ਼੍ਰੀ ਦਮਦਮਾ ਸਾਹਿਬ, ਇਹ ਸਾਰੀਆਂ ਸਤਿਕਾਰਕ ਹਸਤੀਆਂ ਸੰਗਤ ਵਿੱਚ ਨੇ ਜਿਨ੍ਹਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਵੀ ਕਰਨੀ ਹੈ। ਸਮਾਂ ਆਪਣੇ ਚਾਲੇ ਚੱਲ ਰਿਹਾ, ਬਹੁਤ ਤੇਜ਼ੀ ਨਾਲ ਸਮਾਂ ਬੀਤ ਰਿਹਾ ਕਿਉਂਕਿ ਸਮਾਂ ਥੋੜ੍ਹਾ ਹੈ। ਸਤਿਕਾਰ ਜੋ ਬਾਬਾ ਜੀ ਹੋਰਾਂ ਨੇ, ਸਤਿਕਾਰ ਜੀ ਬਾਬਾ ਦਲਜੀਤ ਸਿੰਘ ਜੀ ਹੋਰਾਂ ਨੇ, ਸਮੇਂ ਦੀ ਬੜੀ ਸੀਮਤ ਰੱਖੀ ਹੋਈ ਹੈ ਸੀਮਾ ਵੀ, ਕਿਉਂਕਿ ਮੈਨੂੰ ਪਤਾ ਹੈ ਬੁੱਢਾ ਦਲ ਦੇ ਇਸ ਸਮੁੱਚੇ ਜਿਹੜੇ ਲਾਡਲੇ ਆਏ ਨੇ, ਖਾਸ ਕਰਕੇ ਬਾਬਾ ਜੀ ਜਨਰਲ ਬਾਬਾ ਬਲਵੀਰ ਸਿੰਘ ਜੀ, ਅੱਜ ਨਾ ਇੱਕ ਬਹੁਤ ਮਹਾਨ ਨਗਰ ਕੀਰਤਨ ਸਿੰਘ ਸਾਹਿਬ ਬਾਬਾ ਜਨਰਲ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਸਾਹਿਬ ਉਹਨਾਂ ਨੂੰ ਸਮਰਪਿਤ ਹੈ, ਉਹਨਾਂ ਦੀ ਤੀਜੀ ਸ਼ਤਾਬਦੀ ਨੂੰ, ਕਿਉਂਕਿ 3ਵੀਂ ਸ਼ਤਾਬਦੀ ਆ ਰਹੀ ਹੈ ਅਤੇ ਦਿੱਲੀ ਨੂੰ ਜਾ ਰਿਹਾ ਨਗਰ ਕੀਰਤਨ, ਔਰ ਵਿਸ਼ੇਸ਼ ਕਰਕੇ ਉਹਦੇ ਵਿੱਚੋਂ
नगर कीर्तन थोड़ा समा कट के साथ आए ने उन्होंने जी आया आखना क्योंकि अपना प्यार निभा आए ने अपना सत्कार निभा आए ने बाबा दलजीत सिंह जी शिकागो वाले प्रति सो उन्होंने सत्कार देना इतने आने से क्योंकि बड़ा रुझेवा से रात भी दीवान चलते सन अमृतसर की पावन धरती से मंजी साहब और हूँ भी लगातार ही बाबा जी सफर भाई बलविंदर सिंह जी रोको के हजूरी रागे सचखंड श्री हरिमंदर साहब आप जी ने शब्द की सांझ करेंगे जी फतेह अर्ज कर रहे हैं वाहेगुरु जी का खालसा वाहेगुरु जी का I'm not alone.
ਤੇ ਜਿਵੇਂ ਮੈਂ ਸੰਗਤਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਸਿੱਖ ਪੰਥ ਦੀਆਂ ਉਹ ਮਹਾਨ ਸ਼ਖਸੀਅਤਾਂ ਜਿਨ੍ਹਾਂ ਦੇ ਦਰਸ਼ਨ ਦੀਦਾਰ ਨੂੰ ਹਰ ਸਿੱਖ ਦੇ ਅੰਦਰ ਇੱਕ ਤਾਂਘ ਹੁੰਦੀ ਹੈ। ਅਸੀਂ ਜਦੋਂ ਵਿਦੇਸ਼ਾਂ ਦੀ ਧਰਤੀ ਤੋਂ ਆਉਂਦੇ ਹਾਂ ਅਸੀਂ ਕਹਿੰਦੇ ਹਾਂ ਜੀ ਅਸੀਂ ਦਮਦਮਾ ਸਾਹਿਬ ਵਿੱਚ ਸਿੰਘ ਸਾਹਿਬ ਨੂੰ ਮਿਲਣਾ ਹੈ, ਮਿਲਣ ਜਾਂਦੇ ਹੋ ਕਹਿੰਦੇ ਜੀ ਸਿੰਘ ਸਾਹਿਬ ਤੇ ਅੰਮ੍ਰਿਤ ਸੰਚਾਰ ਤੇ ਗਏ ਹੋਏ ਨੇ, ਬਿਜ਼ੀ ਨੇ। ਅਸੀਂ ਕੇਸਗੜ੍ਹ ਸਾਹਿਬ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਗੁਰੂ ਨੂੰ ਨਤਮਸਤਕ ਹੁੰਦੇ ਹਾਂ, ਪਰ ਸਿੰਘ ਸਾਹਿਬ ਦੇ ਦਰਸ਼ਨਾਂ ਦਾ ਸੁਭਾਗ ਨਹੀਂ ਹੁੰਦਾ। ਉਹ ਕਹਿੰਦੇ ਨੇ ਜੀ ਸਿੰਘ ਸਾਹਿਬ ਪ੍ਰਚਾਰਕ ਦੌਰੇ 'ਤੇ ਗਏ ਹੋਏ ਨੇ। ਅੱਜ ਇਸ ਥਾਂ 'ਤੇ ਸਾਡੇ ਉਹਨਾਂ ਬਜ਼ੁਰਗਾਂ ਦੀ ਯਾਦ ਦੇ 'ਚ ਪਿਆਰ ਦੇ ਖਿੱਚੇ ਹੋਏ ਉਹਨਾਂ ਦੇ ਅੰਤਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਦੇ 'ਚ ਤਿੰਨ ਤਖਤਾਂ ਦੇ ਜਥੇਦਾਰ ਸਾਹਿਬਾਨ ਪਹੁੰਚੇ ਹੋਏ ਨੇ, ਆਪ ਸੰਗਤਾਂ ਦੇ ਉਹਨਾਂ ਨੇ ਦੀਦਾਰ ਕਰਨੇ ਨੇ, ਔਰ ਸਿੱਖ ਪੰਥ ਦੀਆਂ ਹੋਰ ਅਜ਼ੀਮ ਸ਼ਖਸੀਅਤਾਂ ਮਾਨਯੋਗ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਜਿਨ੍ਹਾਂ ਬਾਰੇ ਜੌਹਰ ਸਾਹਿਬ ਨੇ ਦੱਸਿਆ, ਮੌਜੂਦਾ ਮੁਖੀ ਬੁੱਢਾ ਦਲ ਔਰ ਜਿਸ ਦਲ ਦੀਆਂ ਬੜੀਆਂ ਕੁਰਬਾਨੀਆਂ ਨੇ, ਅੱਜ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਉਹਨਾਂ ਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਜਾਂ ਸਮਾਗਮ ਹੋ ਰਹੇ ਨੇ, ਉਹ ਵੀ ਬੁੱਢਾ ਦਲ ਦੇ ਮੁਖੀ ਸੀ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ ਅੱਗੇ ਜਾਣ ਦੀ। ਸਾਡੇ ਹਲਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਗੁਰਬਖਸ਼ ਸਿੰਘ ਜੀ ਖਾਲਸਾ ਵੀ ਆਏ ਹੋਏ ਨੇ, ਸਾਡੇ ਸਾਬਕਾ MLA ਚੌਧਰੀ ਨੰਦ ਲਾਲ ਜੀ ਉਹ ਵੀ ਆਏ ਹੋਏ ਨੇ, ਔਰ ਦਿੱਲੀ ਤੋਂ ਸਰਦਾਰ ਜਸਪ੍ਰੀਤ ਸਿੰਘ ਜੀ ਵਿੱਕੀ ਮਾਨ ਦਿੱਲੀ ਕਮੇਟੀ ਦੇ ਸਕੱਤਰ, ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ ਜਿਨ੍ਹਾਂ ਨਾਲ ਮੇਰਾ ਪਿਆਰ ਆ, ਉਹ ਸ਼ਿਕਾਗੋ ਦੀ ਧਰਤੀ 'ਤੇ ਨਿਵਾਜਿਸ਼ ਕਰਦੇ ਰਹੇ ਨੇ, ਉਹਨਾਂ ਨੇ ਆਉਣਾ ਸੀ, ਉਹਨਾਂ ਵੱਲੋਂ ਸ਼ੋਕ ਸੰਦੇਸ਼ ਲੈ ਕੇ ਪਹੁੰਚੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀਸ਼ਨਲ ਸਕੱਤਰ ਸੰਗਤ ਸੁਭਾਏਮਾਨ ਨੇ, ਸਰਦਾਰ ਵਿਜੇ ਸਿੰਘ ਜੀ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਆਉਣਾ ਸੀ ਇੱਥੇ, ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਨਹੀਂ ਆ ਸਕੇ ਰੁਝੇਵੇਂ ਕਰਕੇ, ਉਹਨਾਂ ਦਾ ਸ਼ੋਕ ਸੰਦੇਸ਼ ਲੈ ਕੇ ਉਹ ਵੀ ਸੰਗਤ ਵਿੱਚ ਬਿਰਾਜਮਾਨ ਨੇ, ਔਰ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਸੁਲਤਾਨ ਸਿੰਘ ਜੀ ਜਿਨ੍ਹਾਂ ਨੇ ਬਾਅਦ 'ਚ ਅਰਦਾਸ ਕਰਨੀ ਹੈ, ਉਹ ਵੀ ਸੁਭਾਏਮਾਨ ਨੇ, ਔਰ ਤਖ਼ਤ ਹਰਿਮੰਦਰ ਸ਼੍ਰੀ ਪਟਨਾ ਸਾਹਿਬ ਦੇ ਸਿੰਘ ਸਾਹਿਬ ਆਪ ਸੰਗਤਾਂ ਨੂੰ ਦੀਦਾਰ ਬਖਸ਼ ਰਹੇ ਨੇ ਸਤਿਗੁਰਾਂ ਦੀ ਤਾਬਿਆ ਦੇ 'ਚ, ਔਰ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਉਹ ਵੀ ਸੁਭਾਏਮਾਨ ਨੇ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਮਦਮਾ ਸਾਹਿਬ ਦੇ ਜਥੇਦਾਰ ਉਹ ਵੀ ਸੁਭਾਏਮਾਨ ਨੇ, ਉਹਨਾਂ ਨੇ ਸੰਗਤਾਂ ਦੇ ਹੁਣੇ ਦੀਦਾਰ ਕਰਨੇ ਨੇ। ਅਗਲਾ ਪ੍ਰੋਗਰਾਮ ਤੁਹਾਨੂੰ ਜੌਹਰ ਸਾਹਿਬ ਦੱਸਣਗੇ। ਮੈਂ ਇੱਕ ਗੁਜ਼ਾਰਿਸ਼ ਕਰਨੀ ਹੈ, ਦੋ ਗੱਡੀਆਂ ਜਿਹੜੀਆਂ ਨੇ, ਵੈਸੇ ਅਸੀਂ ਇੰਤਜ਼ਾਮ ਸਾਰਾ ਬੜਾ ਵਧੀਆ ਕੀਤਾ, ਫਿਰ ਵੀ ਕਈ ਵਾਰ ਐਸੇ ਰਸ਼ ਵਿੱਚ ਹੋ ਜਾਂਦਾ, ਦੋ ਗੱਡੀਆਂ ਨੇ ਟ੍ਰੈਫਿਕ ਰੋਕੀ ਹੋਈ ਹੈ, PV032 V6409 ਕਾਰ ਸੇਵਾ ਲਿਖਿਆ ਗੱਡੀ 'ਤੇ, RJ 2727 UA 6310 ਜਿਹਦੀਆਂ ਜਿਹਦੀਆਂ ਗੱਡੀਆਂ ਨੇ, ਕਿਰਪਾ ਕਰਕੇ ਉਹਨਾਂ ਨੂੰ ਮੂਵ ਕਰ ਦਿਓ ਤਾਂ ਕਿ ਦੂਜਿਆਂ ਨੂੰ ਪ੍ਰੋਬਲਮ ਨਾ ਹੋਵੇ। ਅਤੇ ਮੈਂ ਜੌਹਰ ਸਾਹਿਬ ਨੂੰ ਬੇਨਤੀ ਕਰਾਂਗਾ ਅਗਲਾ ਪ੍ਰੋਗਰਾਮ ਸੰਖੇਪ ਰੂਪ ਦੇ 'ਚ ਇਹ ਆਪ ਸੰਗਤਾਂ ਨਾਲ ਸਾਂਝਾ ਕਰਨੀ। ਮੌਤ ਸੰਬੰਧੀ ਬਹੁਤ ਕੁਛ ਲਿਖਿਆ, ਮੈਂ ਬੇਨਤੀ ਕਰਾਂਗਾ, ਇਸ ਮਜ਼ਬੂਰ ਨੂੰ ਸ਼ੇਰ ਬੈਠਾ ਕਾਫੀ ਲੰਬਾ ਸਮਾਂ ਲੱਗੇਗਾ। ਮੌਤ ਅਟਲ ਸਚਾਈ ਹੈ, ਇਸ ਸੱਚ ਤੋਂ ਅਸੀਂ ਮੋੜ ਨਹੀਂ ਮੋੜ ਸਕਦੇ। ਕਦੋਂ ਜਾਣਾ, ਕਿਆ ਜਾਣਾ ਕਿ ਮਰੇਗੇ, ਕੈਸਾ ਮਰਨਾ ਹੋਏ, ਅਸੀਂ ਕਿਸੇ ਕੋਈ ਨਹੀਂ। ਬੜੀ ਲੰਬੀ ਆਜੂ ਭੋਗ ਕੇ ਡਾਕਟਰ ਚਰਨ ਸਿੰਘ ਜੀ ਖਾਲਸਾ ਸਾਡੇ ਪਾਸੋਂ ਗਏ ਨੇ, ਬੜੀ ਪਿਆਰੀ ਹਸਤੀ ਸਨ। ਮੈਂ ਇੱਕ ਦਿਨ ਸਤਿਕਾਰਯੋਗ ਬਾਬਾ ਦਲਜੀਤ ਸਿੰਘ ਜੀ ਸ਼ਿਕਾਗੋ ਵਾਲੇ ਨੂੰ ਪੁੱਛਦਾ ਪਿਆ ਸਾਂ ਕਿ ਤੁਸੀਂ ਦੋ ਵੱਡੇ ਕਾਰਜ ਕੀਤੇ ਨੇ ਉੱਥੇ ਜਾ ਕੇ, ਤੁਹਾਨੂੰ ਪ੍ਰੇਰਨਾ ਕਿਸ ਦੀ ਹੈ? ਅਤੇ ਮੈਨੂੰ ਕਹਿੰਦੇ ਤੁਸੀਂ ਪ੍ਰੇਰਨਾ ਪੁੱਛਦੇ ਹੋ, ਅਜਿਹਾ ਬਾਪੂ ਮਿਲਣਾ, ਅਜਿਹਾ ਪਿਤਾ ਮਿਲਣਾ ਸਾਰਿਆਂ ਨੂੰ ਨਹੀਂ ਮਿਲ ਸਕਦਾ। ਇੱਕ ਵੱਡਾ ਕਾਰਜ ਹੈ, ਸਤਿਕਾਰਯੋਗ ਸਿੰਘ ਸਾਹਿਬ ਬੈਠੇ ਨੇ, ਸਾਡੀ ਮਰਿਆਦਾ ਸੰਬੰਧੀ ਇੱਕ ਮਰਿਆਦਾ ਹੈ ਕਿ ਜਦੋਂ ਮਨੁੱਖ ਸਰੀਰ ਛੱਡਦਾ ਨਾ, ਉਸ ਤੋਂ ਬਾਅਦ ਉਹਦੇ ਅਸਤ ਜਿਹੜੇ ਨੇ ਅਸੀਂ ਚੱਲਦੇ ਪਾਣੀ ਵਿੱਚ ਪੇਟ ਕਰਦੇ ਹਾਂ। ਬਹੁਤ ਸਾਰੀ ਸੰਗਤ ਕੀਰਤਪੁਰ ਸਾਹਿਬ ਜਾਂਦੀ ਹੈ, ਵੱਖ ਵੱਖ ਦਰਿਆਵਾਂ ਵਿੱਚ ਜਾਂਦੀ ਹੈ, ਅਤੇ ਵਿਦੇਸ਼ਾਂ ਦੀ ਧਰਤੀ 'ਤੇ ਬੜਾ ਹੀ ਔਖਾ ਕਾਰਜ ਹੈ, ਖਾਸ ਕਰਕੇ ਅਮੈਰੀਕਾ ਵਰਗੇ ਦੇਸ਼ ਵਿੱਚ ਬੜਾ ਵੱਡਾ ਕਾਰਜ ਹੈ। ਲੋਕ ਬੜੀ ਦੇਰ ਤੱਕ ਅਸਤ ਲੈ ਕੇ ਬੈਠੇ ਰਹਿੰਦੇ ਨੇ ਆਪਣੇ ਪੈਰਿਆਂ ਦੇ, ਕਦੋਂ ਲੈ ਕੇ ਜਾਣੇ ਨੇ? ਪਰ ਮੈਂ ਬੜਾ ਹੈਰਾਨ ਰਿਹਾ, ਜਿੱਥੇ ਪਾਣੀ ਵਿੱਚ ਤੁਸੀਂ ਕੁਝ ਵੀ ਨਹੀਂ ਸੁੱਟ ਸਕਦੇ, ਸੜਕ 'ਤੇ ਨਹੀਂ ਸੁੱਟ ਸਕਦੇ, ਪਾਣੀ 'ਚ ਕਿਵੇਂ ਸੁੱਟ ਸਕਦੇ ਹੋ? ਉਹਨਾਂ ਦੇਸ਼ 'ਚ ਰਹਿਣਾ ਸਹਿਣਾ ਇੱਦਾਂ ਦਾ। ਸਤਿਕਾਰਯੋਗ ਬਾਬਾ ਦਲਜੀਤ ਸਿੰਘ ਜੀ ਨੂੰ ਉਹਨਾਂ ਦੀ ਪ੍ਰੇਰਨਾ ਸੀ ਪਿਤਾ ਜੀ ਦੀ। ਪੁੱਤਰਾਂ, ਬਹੁਤ ਲੋਕ ਆਉਂਦੇ ਨੇ ਅਤੇ ਜਾਂਦੇ ਨੇ ਸੰਸਾਰ ਤੋਂ, ਪਿਆਰਿਆਂ ਦੇ ਅਸਤ ਲੈ ਕੇ ਸੰਗਤ ਬੈਠ ਜਾਂਦੀ ਹੈ, ਕਿਹਦੇ ਲਈ ਕੁਛ ਕਰੋ? ਮੈਂ ਬੇਨਤੀ ਕਰਾਂ
उस सरकार तो आग्या नहीं सत्कार जो बाबा दलजीत सिंह जी होरां और आग्या लैके अज उसे जल में सारे अस्त पेट करते हैं। बड़ी बड़ी गल सी उस देश में जिते पानी का तुसी पानी में कणका नहीं सुट सकते किसी चीज़ का, फिर अज ना जे उत्थे इन्हां नूं सत्कार मिले पुलिस कमिश्नर का बड़ा वड्डा रैंक है, क्योंकि साढ़े समाजिक भाईचारे में बहुत सारिया गल्लां अजिहियां होंदियां ने जिन्हां नूं सुलझाउणा यह सिख्या से। और सत्कार जो बापू चरण सिंह होरां दी खासियत सी सैकंड वर्ल्ड वार में बहुत सारे अवार्ड उन्होंने मिले सन। और दूसरे पासे सब तो बड़ी गल सी कि 1947 में जो साढ़े ते हमला होया कश्मीर पहली बार वो भी बड़े अवार्ड सत्कार जो पिता जी उन्होंने मिले। आर्मी का जीवन वधिया, उस तो बाद गुरसिख खालसे बन गए, परिवार को भी खालसा बना दिता। अज सत्कार जो बाबा जी बड़े भाई साहब सर रणजीत सिंह जी साढ़े विच नहीं, पर उन्होंने योग सपुत्र सरदार हरदीप सिंह जी इतने रहते हैं, सरदार परमजीत सिंह जी खालसा छोटे भरा ने, बड़ा मिठा ते प्यारा कीर्तन सुरीले गलियां दे नाल सारे जत्थे ने किया, जिन्हें जत्थे ने हुण तक अपनी कीर्तन की सांझ की है। हुणे हुणे सत्कार जो छोटी गुरदा पंथ कमेटी के प्रधान साहब भाई गोबिंद सिंह जी लौंगोवाल साहब उन्हों का शोक संदेश लैके सरदार विजय सिंह जी सकत्र ने जी पी सी के उचेचे तौर पर हाजिर हुए हैं। और सिंह साहब जनरल बाबा जस्सा सिंह जी होर जी जन्म शताब्दी निकल रहे नगर कीर्तन के थोड़े समय लिए समा कट के सकत्र साहब उचेचे तौर पर हाजिर हुए हैं। सरदार मनजिंदर सिंह जी सिरसा थोड़ी उन्होंने सट लगी हुई है पैर से, आप नहीं हाजिर हुए, पर विकी मान नूं किन्ने सिंह उन्होंने भेजे ने, बाबा जी ने प्यार करते हैं, शिकागो भी जाते हैं। जनरल सकत्र ने दिल्ली सिख गुरु प्रबंधक कमेटी के उचेचे तौर पर उन्होंने भी अपना शोक संदेश भेजा। सरदार इंद्रपाल सिंह जी गुरु गोबिंद सिंह स्टडी सर्कल वालों भी उचेचे तौर पर हाजिर हुए ने सारिया हस्तियां। और मैं बेनती करांगा बड़ी प्यारी हस्ती विद्वाना की दुनिया में जड़ा जाने पछाण नखना है साढ़े सबका डिप्टी स्पीकर साहब सरदार बी दविंदर सिंह जी संगत बैठे ने, सरदार अवतार सिंह हित को कौन नहीं जानता, क्योंकि बड़े दिल गुरदर वाले इंसान ने जोड़े फैसले करने ने जी गल करनी है, क्योंकि दिल्ली गुरदा प्रबंधक कमेटी के वो भी सबका प्रधान ने संगत में हाजिर ने। इन सारिया हस्तियों मैं सत्कार देना जी आया आखना सर गुरबख्श सिंह जी खालसा मैंबर एस जी पी सी और सारिया ही धार्मिक हस्तियाँ खास करके सिंह साहब हाजिर हुए ने। मैं बेनती कराँगा समा बड़ा थोड़ा है, सारे बेनती कराँगा तभी मैं मौत के मजमून से बहुता नहीं आप जी ने गल की, क्योंकि सिंह साहब जी ने बोलना इस तरह जतन करिए कि तीन तीन चार चार मिनट सारे उस सत्कारित हस्ती को जिन्होंने इस परिवार को खालसा ही रूप दिता और खालसा परिवार बना दिता सारे नूं, और खास करके बाबा दलजीत सिंह वर्गी महान हस्ती दी जिन्होंने विदेश में भी जाके साडे झंडे बुलंद किया उस निशान साहब नूं लहराया जाके इस धरती तो जाके। मैं बेनती कराँगा सारिया सत्कारित हस्तियों के थोड़े थोड़े मिनट तीन तीन चार चार मिनट लिए अपने वालों की निर्देशों का पेट करेंगे। सिंह साहब जी तो पहले थोड़े बुला रहे हैं, क्योंकि सत्कार जो जनरल बाबा बलवीर सिंह जी 96 करोड़ी जुगो जुग अटल धन धन साहब श्री गुरु ग्रंथ साहब जी की हजूरी में बैठिया समूह गुरु नानक नामदेव संत साढ़े बहुत सत्कारयोग सिंह साहब ज्ञानी रघबीर सिंह जी तख्त श्री केसगढ़ साहब सिंह साहब ज्ञानी इकबाल सिंह जी जेडे महाराज के हजूर बह के सेवा निभा रहे हैं चौर साहब की ज्ञानी इकबाल सिंह जी जथेदार तख्त श्री पटना साहब तो साढ़े बड़े सत्कारयोग सिंह साहब ज्ञानी हरप्रीत सिंह जी तख्त श्री दमदमा साहब साढ़े बहुत सत्कारयोग बाबा दलजीत सिंह जी शिकागो वाले तो बाबा मनमोहन सिंह जी बारन वाले बाबा जोगा सिंह जी करनाल वाले तो बाबा तरसेम सिंह जी मोरा वाली वाले उन्हों का सारा ही जथा तो साढ़े बहुत सत्कारयोग जथेदार अवतार सिंह जी हित सबका प्रधान दिल्ली गुरद्वारा प्रबंधक कमेटी तो उन्होंने नाल आए दिल्ली गुरद्वारा प्रबंधक कमेटी के मैंबर साहबान तो मनजिंदर सिंह सिरसा के वलों भी इतने पहुँचे ने ते सामने बैठे गौर जी जिहड़े मस्कीन जी दे वड्डे चेले ने ते सारे ही संत महापुरख मैं समुचियां निहंग सिंह जथेबंदियां वल्लों सारियां नूं सामने बैठियां समूह गुरु नानक नामदेव संगतां नूं गज के फतेह गजाउंदा गज के फतेह गजाओ जी वाहिगुरु जी का खालसा वाहिगुरु जी की फतेह। अज आपां सारे
ਸਾਡੇ ਬਹੁਤ ਸਤਿਕਾਰਯੋਗ ਡਾਕਟਰ ਚਰਨ ਸਿੰਘ ਜੀ ਜਿਹੜੇ ਸਾਡੇ ਬੜੇ ਪਿਆਰ ਵਾਲੇ ਨੇ, ਬਾਬਾ ਦਲਜੀਤ ਸਿੰਘ ਜੀ ਸ਼ਿਕਾਗੋ USA ਤੋਂ। ਮੈਂ ਪਿਛਲੀ ਵਾਰੀ ਵੀ ਜਦੋਂ ਇਹਨਾਂ ਦੇ ਮੇਰੇ ਖਿਆਲ ਭਾਈ ਮਾਤਾ ਜੀ ਦੇ ਭੋਗ 'ਤੇ ਉਦੋਂ ਇੱਥੇ ਦਰਸ਼ਨ ਕੀਤੇ ਸੀ ਗੁਰਦੁਆਰਾ ਸਾਹਿਬ ਦੇ ਵਿਖੇ, ਅਤੇ ਸਮੇਂ ਸਮੇਂ ਸਿਰ ਜਦੋਂ ਵੀ ਬਾਬਾ ਜੀ ਆਉਂਦੇ ਨੇ, ਬਾਬਾ ਦਲਜੀਤ ਸਿੰਘ ਜੀ ਹਮੇਸ਼ਾ ਹੀ ਮੇਰੇ ਨਾਲ ਫੋਨ 'ਤੇ ਜਦੋਂ ਕੋਈ ਇਹਨਾਂ ਨੂੰ ਜ਼ਰੂਰਤ ਆਉਂਦੀ ਹੈ ਕਦੇ ਵੀ, ਅਤੇ ਹਰ ਵੇਲੇ ਆਪ 'ਚ ਸਾਡਾ ਬਹੁਤ ਪਿਆਰ ਹੈ। ਸਮੁੱਚੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਨਾਲ, ਸਾਡੇ ਸਿੰਘ ਸਾਹਿਬਾਂ ਨਾਲ, ਸਾਰਿਆਂ ਨਾਲ ਇਹਨਾਂ ਦਾ ਬਹੁਤ ਜ਼ਿਆਦਾ ਪਿਆਰ ਹੈ, ਸੰਤਾਂ ਮਹਾਂਪੁਰਖਾਂ ਨਾਲ। ਅਤੇ ਜਿਵੇਂ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਧਿਆ ਧੀਰ ਦੇ ਮਹਾਂਵਾਕ ਅਨੁਸਾਰ। ਚਲੇ ਤਾਂ ਸਾਰਿਆਂ ਨੇ ਜਾਣਾ ਹੈ, ਪਰ ਜਿਵੇਂ ਡਾਕਟਰ ਚਰਨ ਸਿੰਘ ਜੀ ਹੋਰਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਅਤੇ ਆਪਣੇ ਸਪੁੱਤਰਾਂ ਨੂੰ ਜਿਹੜਾ ਪੜ੍ਹਾਈ ਲਿਖਾਈ ਅਤੇ ਬਹੁਤ ਉੱਚੀ ਸਿੱਖਿਆ ਦੇ ਕੇ, ਭਾਵੇਂ ਉਹ ਵਿਦੇਸ਼ਾਂ ਦੇ ਵਿੱਚ ਅਤੇ ਇੱਥੇ ਵੀ ਬਲਾਚੌਰ ਦੇ ਵਿੱਚ ਉਹਨਾਂ ਦਾ ਬਹੁਤ ਮਾਣ ਸਤਿਕਾਰ ਹੈ। ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਸਾਰੇ ਸੰਤਾਂ ਮਹਾਂਪੁਰਖਾਂ ਨੇ ਆਪਣੀ ਆਪਣੀ ਹਾਜ਼ਰੀ ਲਵਾਉਣੀ ਹੈ। ਮੈਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ, ਸਤਿਗੁਰੂ ਕਿਰਪਾ ਕਰਨ, ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ, ਪਰਿਵਾਰ 'ਚ ਭਾਣਾ ਮੰਨਣ ਦਾ ਬਲ ਬਖਸ਼ਣ। ਅਤੇ ਜਿਵੇਂ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਡੂਬ ਸਹਿ ਸਿਰੇ ਆਪਣੇ ਸੁਖਦਾਈ ਸਭ ਕੋਏ ਦੇ ਮਹਾਂਵਾਕ ਅਨੁਸਾਰ। ਆਪਾਂ ਸਾਰਿਆਂ ਨੇ ਜਿਵੇਂ ਸਰਦਾਰ ਚਰਨ ਸਿੰਘ ਜੀ ਹੋਰਾਂ ਨੇ ਬਹੁਤ ਜਿਹੜਾ ਧਾਰਮਿਕ ਤੌਰ 'ਤੇ ਵੀ ਅਤੇ ਹਰ ਸਮਾਜ ਦੇ ਵਿੱਚ ਉਹਨਾਂ ਨੇ ਉੱਚੀਆਂ ਮੱਲਾਂ ਮਾਰੀਆਂ, ਅਤੇ ਉਵੇਂ ਹੀ ਉਹਨਾਂ ਦੇ ਸਪੁੱਤਰ ਵੀ ਸਤਿਗੁਰੂ ਕਿਰਪਾ ਕਰਨ, ਜਿਵੇਂ ਬਾਬਾ ਦਲਜੀਤ ਸਿੰਘ ਜੀ, ਉਹਨਾਂ ਦੇ ਭਾਈ ਸਾਹਿਬ ਉਹ ਵੀ ਵਿਦੇਸ਼ ਦੇ ਵਿੱਚ ਰਹਿੰਦੇ ਨੇ। ਸਾਰਿਆਂ ਨੇ ਬਹੁਤ ਜਿਹੜੇ ਉੱਚੇ ਰੁਤਬੇ ਹਾਸਲ ਕੀਤੇ ਨੇ। ਮੇਰੇ ਨਾਲ ਸਰਦਾਰ ਵਿਜੇ ਸਿੰਘ ਜੀ ਜਿਹੜੇ ਐਡੀਸ਼ਨਲ ਸਕੱਤਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹ ਵੀ ਆਏ ਨੇ ਨਗਰ ਕੀਰਤਨ ਦੇ ਵਿੱਚੋਂ, ਕਿਉਂਕਿ ਨਗਰ ਕੀਰਤਨ ਜਿਹੜਾ ਮਹਾਨ ਨਗਰ ਕੀਰਤਨ, ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਿੰਘ ਸਾਹਿਬ ਵੀ ਉੱਥੇ ਹਾਜ਼ਰ ਸੀ, ਅਤੇ ਉਹ ਨਗਰ ਕੀਰਤਨ ਜਥੇਦਾਰ ਸਿੰਘ ਸਾਹਿਬ, ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਚੌਥੇ ਮੁਖੀ ਬੁੱਢਾ ਦਲ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੀ ਉਹ ਪੰਜਵੇਂ ਸਿੰਘ ਸਾਹਿਬ ਹੋਏ ਨੇ, ਅਤੇ ਉਹਨਾਂ ਦੇ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਹੈ 26 ਤਰੀਕ ਨੂੰ ਦਿੱਲੀ ਪਹੁੰਚਣਾ, ਉੱਥੇ ਵੀ ਆਪਾਂ ਸਾਰਿਆਂ ਨੇ 26, 27 ਅਤੇ 28 ਨੂੰ ਹਾਜ਼ਰੀਆਂ ਲਵਾਉਣੀਆਂ ਨੇ। ਮੈਂ ਬੇਨਤੀ ਕਰਦਾ ਬਾਬਾ ਦਲਜੀਤ ਸਿੰਘ ਜੀ, ਤੁਹਾਡੇ ਨਾਲ ਸਮੁੱਚਾ ਹੀ ਖਾਲਸਾ ਪੰਥ ਖੜਾ ਹੈ, ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ। ਮੈਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਾਬਾ ਚਰਨ ਸਿੰਘ ਜੀ, ਸਰਦਾਰ ਚਰਨ ਸਿੰਘ ਜੀ ਹੋਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਮੇਰੇ ਨਾਲ ਆਏ ਬਾਬਾ ਮਨਮੋਹਨ ਸਿੰਘ ਜੀ, ਬਾਬਾ ਤਰਸੇਮ ਸਿੰਘ ਜੀ ਮੋਹਰਾਂ ਵਾਲੀ, ਬਾਬਾ ਜੋਗਾ ਸਿੰਘ ਜੀ, ਸਾਰਿਆਂ ਵੱਲੋਂ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ। ਜਿਵੇਂ ਮਹਾਰਾਜ ਨੇ ਕਿਹਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਸੀ ਆਰਾਮ ਦੇ ਮਹਾਂਵਾਕ ਅਨੁਸਾਰ ਇੰਨਾ ਕੁਛ ਕਹਿੰਦਾ ਹੋਇਆ ਤੁਹਾਡੇ ਸੰਗਤਾਂ ਤੋਂ ਖਿਮਾ ਦਾ ਜਾਤ ਖੋਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਜੀਵ ਪੈਦਾ ਹੋਏ ਹਾਂ ਜਾਂ ਜਿਹੜਾ ਵੀ ਪੈਦਾ ਹੁੰਦਾ ਜਾਣਾ ਸਭ ਨੇ, ਪਰ ਜਾਣੇ ਜਾਣੇ ਵਿੱਚ ਬੜਾ ਵੱਡਾ ਫਰਕ ਹੈਗਾ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਵੀ ਕਹਿੰਦੇ ਕਹਿੰਦੇ ਅਸ ਗੁਜ਼ਸਤ ਨਾਚੇ ਮੈਂ ਪੁਰਸੀ ਤਰੀ ਦਰ ਖੜਾ, ਬਹੁਤ ਸ਼ੌਕ ਖਾਹਤ ਗੁਜ਼ਸਤੋ ਹਮ ਗਦਾ ਖਾਹਤ ਗੁਜ਼ਸਤ, ਸਭ ਨੇ ਤੁਰ ਜਾਣਾ ਪਰ ਜੀ ਮੁੱਲ ਕੇ ਫਾਨੀ ਮੈਂ ਆਇਆ, ਕੋਈ ਹੱਸਦਾ ਕੋਈ ਰੋਤਾ ਗਿਆ, ਕਿਸੀ ਕਾ ਦਾਮਨ ਭਰ ਗਿਆ ਕੋਈ ਪੱਲੇ ਸੇ ਖੋਤਾ ਗਿਆ, ਨਾ ਸ਼ਿਕਵਾ ਸ਼ਿਕਾਇਤ ਹੈ ਮੁਕੱਦਰ ਸੇ, ਉਸ ਜਗ੍ਹਾ ਬੋਹੀ ਮਿਲਾ ਜੋ ਇਸ ਜਗ੍ਹਾ ਬੋਤਾ ਗਿਆ। ਉਹ ਬਾਪੂ ਜੀ ਡਾਕਟਰ ਚਰਨ ਸਿੰਘ ਜੀ, ਸੰਗਤ ਜੀ, ਕੋਈ ਮਹਾਨ ਬਣਦਾ ਖਾਨਦਾਨ ਕਰਕੇ, ਵੱਡਿਆਂ ਕਰਕੇ, ਉਹ ਜਿੱਥੇ ਵੱਡਿਆਂ ਕਰਕੇ ਮਹਾਨ, ਆਪਣੇ ਕਰਕੇ ਮਹਾਨ, ਉਹਨਾਂ ਨੂੰ ਮਹਾਰਾਜ ਨੇ ਲਾਲ ਵੀ ਐਸੇ ਬਖਸ਼ਿਸ਼ ਕੀਤੇ ਜਿਨ੍ਹਾਂ ਕਰਕੇ ਵੀ ਉਹ ਮਹਾਨ ਬਣ ਗਏ। ਬਾਬਾ ਜੀ ਬਾਬਾ ਦਲਜੀਤ ਸਿੰਘ ਜੀ ਕੋਈ ਜਾਣਕਾਰੀ ਦੀ ਮੁਥਾਜੀ ਥੋੜ੍ਹੀ ਰੱਖਦੇ ਨੇ, ਇੱਦਾਂ ਹੀ ਸਰਦਾਰ ਜੀ ਪਰਮਜੀਤ ਸਿੰਘ ਜੀ ਖਾਲਸਾ ਜੀ
खालसा फार्म, क्योंकि विद्वान बड़े बैठे आ, गुणी जन बैठे हो। मैं पहली ते अंत वाली फतेह और सांझी आप जी नाल हाजिर करदा, ते सतगुरु जी दे चरणा विच अरदास है महाराज। वैसे ते संगत जी जिहड़े ऐसे तत वे ते मिले ही होंदे आ महाराज ना, ते जिहड़ा जीवत नहीं मिल सकिया मर के भी नहीं मिलदा, जिहड़ी जिंदगी दे विच रहिंदे आ महाराज तक पहुंच ना बनी। महाराज कहिंदे खूह भरिया पिया तेरे अंदर अमृत दा, जे उह कढ के पी ना सकिया इक वी घुट, ना जप सकिया, ना उस परमेश्वर नाल इक मिक हो सकिया, ते मर के किदां हो जाएगा। महाराज कृपा करे संगत जी, जाना सब ने है ना कर मान देही दा बंदे होए, तू ए बुलबुला पानी दा की पता है कदे आ जाना। इस मौत खसमां नूं खाणी दा, उस मालिक दी दरगाह अंदर दुद्धों पानी छाणी दा, एक नाम बाणी दा सिमरन कोमल जी करे, उधार प्राणी दा सिमरन करिए, बाणी पढ़िए। संबत साहा लिखिया, मिल कर पावो तेल देहो सज्जन असी सड़िया, जे होवे साहिब से उमेल। जे हुण नाम लैण लगा सारे मेरे प्यार वाले बैठे हो, ओ जवल साहिब काम करी जा रहे ने, सिंह साहिब बाबा जी, क्योंकि तीन तख्त साहिबाना दा जिथे जिक्र होया संगत जी, तख्त श्री हरिमंदर जी, तख्त श्री केसगढ़ साहिब जी, दमदमा साहिब जी, उत्थे पंजवां तख्त श्रोमणी पंथ अकाली बुढ़ा दल, ये महाराज का पंजवां तख्त है। और सतगुरु की कृपा अज सारे महाराज का पंथ एकमेक रल के मिल के जुड़ के श्री अकाल तख्त साहिब तो तुरिया, उहदे विचों ही बाबा जी का किड्डा वड्डा अदब और प्यार इत्थों वेख लो। सिंह साहिब बाबा बलवीर सिंह जी होरां दे दिल विच, उह सारे अपने समागम उधरले छड्ड के सिंघां दीआं ड्यूटियां ला के इत्थे पहुंचे आ, और दासां ते वी कृपा करती तुहाडे सारिआं दे पंथ दे दर्शन करवा दित्ते। वड्डियां वड्डियां प्यारियां रूहां दिल्ली कमेटी हित साहिब दविंदर सिंह जी, वीर दविंदर सिंह जी विद्वान पुरश ने, बड़ा अच्छा बोलते हैं साहिबजादियां बारे, जदों इन्हां दे उह अल्फाज सुने सचमुच नैणां दे विचों अपने आप ही अथरू कर गए। मारे कृपा करे सब दा साडा प्यार बने संगत जी, छड्डिए ये जिहड़ियां तंगियां तुरसियां जिहियां दे विच असीं पै गए, फलाना उहनां दा धमकाना उहनां दा, मारे दे आपां सारे दुनिया ते आए आ, ते इह दुनिया तों जे उजड़ा मुख लै के जाणा चाहुंदे फिर दूई दवेस वाले नूं कुछ नहीं मिलदा, प्यार विच आ जाओ सारे। महाराज दा शुकर करिए सारिआं दा ही धन्नवाद, ते बाबा जी प्यारी रूह ने महाराज कृपा करे। ਇਹ ਇੱਥੇ ਹੀ ਨਹੀਂ, ਜਿਵੇਂ ਜਵਾਹਰ ਸਾਹਿਬ ਨੇ ਦੱਸਿਆ ਅਮਰੀਕਾ ਦੀ ਧਰਤੀ ਆਪਣੇ ਇਲਾਕੇ ਵਿੱਚ ਜ਼ਿਲ੍ਹੇ ਵਿੱਚ ਅਤੇ ਹਰ ਕੋਈ ਮਾਣ ਸਤਿਕਾਰ ਪਾ ਲੈਂਦਾ, ਉੱਥੇ ਏਡੇ ਵੱਡੇ ਮਾਣ ਸਤਿਕਾਰ ਮਿਲਣੇ, ਇਹ ਬਾਣੀ ਅਤੇ ਬਾਣੇ ਦਾ ਪ੍ਰਤਾਪ, ਇਹ ਸਤਿਗੁਰੂ ਦੀ ਰਹਿਮਤ। ਜਿੱਥੇ ਬਾਬਾ ਜੀ ਡਾਕਟਰ ਸਾਹਿਬ ਚਰਨ ਸਿੰਘ ਜੀ ਹੋਰਾਂ ਨੂੰ ਨਮਸਕਾਰ, ਪਰਿਵਾਰ ਨੂੰ ਬੜੇ ਪਿਆਰ ਦੇ ਨਾਲ ਅਦਬ ਦੇ ਨਾਲ ਦੋਨੋਂ ਹੱਥ ਜੋੜ ਕੇ ਦਿਲ ਦੀ ਗਹਿਰਾਈ ਤੋਂ ਇਸ, ਕਿਉਂਕਿ ਬੇਸ਼ੱਕ ਸੰਗਤ ਜੀ ਕਹਿੰਦੇ ਬਜ਼ੁਰਗੀ ਵਿੱਚ ਕੋਈ ਜਾਵੇ ਦਰਖਤ ਦੇ ਨਾਲੋਂ ਪੱਤਾ ਤੋੜਦੇ ਹੋ ਉੱਥੋਂ ਵੀ ਪਾਣੀ ਸਿੰਮਦਾ, ਅਸੀਂ ਤਾਂ ਫਿਰ ਮਨੁੱਖ ਹਾਂ। ਮਹਾਰਾਜ ਕਿਰਪਾ ਕਰੇ ਐਸੀਆਂ ਚੰਗੀਆਂ ਰੂਹਾਂ ਮਹਾਰਾਜ ਮੁਕਤ ਕਰਦਾ, ਪਰ ਅੱਜ ਮਹਾਰਾਜ ਜੀ ਕਿਰਪਾ ਕਰੋ ਚੰਗੀਆਂ ਰੂਹਾਂ ਨੂੰ ਮੁੜ ਮੁੜ ਕੇ ਭੇਜੋ, ਕਿਉਂਕਿ ਚੰਗੇ ਜਾ ਰਹੇ ਨੇ, ਚੰਗੇ ਆ ਕੋਈ ਨਹੀਂ ਰਹੇ, ਉਹਦੇ ਵਿੱਚ ਦੋਸ਼ੀ ਅਸੀਂ ਸਾਰੇ ਹਾਂ। ਕੁੱਖਾਂ ਦੇ ਵਿੱਚ ਕਤਲ ਕਰਨੇ ਸ਼ੁਰੂ ਕਰ ਦਿੱਤੇ, ਦਰਖਤਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ, ਕੁਦਰਤ ਦੇ ਨਾਲ ਖਿਲਵਾੜ ਕਰਨੇ ਸ਼ੁਰੂ ਕਰ ਦਿੱਤੇ, ਅਤੇ ਜੇ ਕੁਝ ਕਰਾਂਗੇ ਤਾਂ ਭਰਾਂਗੇ ਵੀ। ਮਹਾਰਾਜ ਕਿਰਪਾ ਕਰੇ ਅੱਜ ਉਹ ਮਾਤਾ ਉਹ ਸਿਮਰਨ ਵਾਲੀਆਂ ਮਾਵਾਂ ਦੀ ਲੋੜ ਏ, ਜਿਹਨਾਂ ਦੀ ਕੁੱਖ ਚੋਂ ਵਧੀਆ ਰੂਹਾਂ ਪੈਦਾ ਹੋਣ, ਅਤੇ ਦੇਸ਼ ਕੌਮ ਦਾ ਪੰਥ ਦਾ ਭਲਾ ਕਰਨ। ਸਭ ਦਾ ਹੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਬਖਸ਼ਿਸ਼ ਜਿਹੜੀ ਹੈ, ਸਰਦਾਰ ਹਰਦੀਪ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ, ਸਰ ਪਰਮਜੀਤ ਸਿੰਘ ਜੀ ਖਾਲਸਾ, ਸਰ ਰਣਜੀਤ ਸਿੰਘ ਜੀ ਉਹਨਾਂ ਖਾਲਸਾ ਜੀ ਦੇ ਸਪੁੱਤਰ, ਇਹ ਸਾਰੇ ਪਰਿਵਾਰ ਨੂੰ ਸਤਿਗੁਰੂ ਦੀ ਬਖਸ਼ਿਸ਼ ਦਿੱਤੀ ਜਾ ਰਹੀ ਹੈ ਜੀ। ਬੋਲੇ ਸੋ ਨਿਹਾਲ, ਤਖ਼ਤ ਸਾਹਿਬਾਨ ਵੱਲੋਂ ਵੀ ਉਚੇਚੇ ਤੌਰ 'ਤੇ, ਪੰਥ ਅਕਾਲੀ ਬੁੱਢਾ ਦਲ ਵੱਲੋਂ ਜਦਰ ਬਾਬਾ ਬਲਵੀਰ ਸਿੰਘ ਜੀ ਵਿਸ਼ੇਸ਼ ਕਰਕੇ ਸਨਮਾਨ ਲੈ ਕੇ ਆਏ ਨੇ। ਬੋਲੇ ਸੋ ਨਿਹਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ, ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਨੇ ਉਚੇਚੇ ਤੌਰ 'ਤੇ, ਗਿਆਨੀ ਹਰਮਿੰਦਰ ਸਿੰਘ ਜੀ, ਕਥਾਵਾਚਕ ਮੰਜੀ ਸਾਹਿਬ ਨੂੰ ਭੇਜਿਆ, ਗਿਆਨੀ ਸੁਲਤਾਨ ਸਿੰਘ ਜੀ ਸਾਡੇ ਸਤਿਕਾਰ ਉਹਨਾਂ ਸਾਰਿਆਂ ਨੂੰ ਭੇਜਿਆ, ਜਦਰ ਗਿਆਨੀ ਇਕਬਾਲ ਸਿੰਘ ਜੀ, ਸਿੰਘ ਸਾਹਿਬ ਜੀ ਜਦਰ, ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਤਖ਼ਤ ਦਮਦਮਾ ਸਾਹਿਬ ਨੂੰ ਉਚੇਚੇ ਤੌਰ 'ਤੇ ਸਤਿਗੁਰੂ ਦੀ ਬਖਸ਼ਿਸ਼ ਲੈ ਕੇ ਆਏ ਨੇ।
ਸਾਰੀਆਂ ਸਤਿਕਾਰਤ ਹਸਤੀਆਂ ਬਾਬਾ ਜੀ ਨੂੰ ਸਤਿਕਾਰ ਦੇ ਰਹੀਆਂ ਨੇ। ਔਰ ਮੈਂ ਬੇਨਤੀ ਕਰਾਂਗਾ ਵੱਡੇ ਭਾਈ ਸਾਹਿਬ ਹੋਰਾਂ ਦੇ ਯੋਗ ਸਪੁੱਤਰ ਸਰਦਾਰ ਹਰਦੀਪ ਸਿੰਘ ਜੀ ਹੋਰਾਂ ਨੂੰ, ਸਰ ਪਰਮਜੀਤ ਸਿੰਘ ਜੀ ਖਾਲਸਾ, ਤੁਸੀਂ ਵੀ ਨਾਲ ਆਓ ਕਿਉਂਕਿ ਤੁਹਾਡਾ ਸਾਰਿਆਂ ਦਾ ਇਕੱਠਾ ਸਤਿਕਾਰ ਹੈ ਜੀ। ਇਹ ਸਤਿਕਾਰ ਸਾਹਿਬ ਬੇਨਤੀ ਹੈ ਜੀ। ਸਾਰੇ ਸਿੰਘ ਸਾਹਿਬ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ, ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਤਖਤ ਸ਼੍ਰੀ ਦਮਦਮਾ ਸਾਹਿਬ, ਤਖਤ ਸ਼੍ਰੀ ਹਰਿਮੰਦਰ ਸਾਹਿਬ ਜੀ, ਪਟਨਾ ਸਾਹਿਬ, ਔਰ ਬੁੱਢਾ ਦਲ 96 ਕਰੋੜੀ ਦੇ ਸਤਿਕਾਰ ਦੇ ਜਥੇ ਬਾਬਾ ਬਲਵੀਰ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਵਿਸ਼ੇਸ਼ ਕਰਕੇ ਸਰਦਾਰ ਵਿਜੇ ਸਿੰਘ ਜੀ ਐਡੀਸ਼ਨਲ ਸਕੱਤਰ, ਔਰ ਸਤਿਕਾਰਯੋਗ ਸਾਰੇ ਮਹਾਂਪੁਰਸ਼ ਬਾਬਾ ਮਨੋਹਰ ਸਿੰਘ ਜੀ ਬਾਰਨ ਵਾਲੇ, ਸਤਿਕਾਰਯੋਗ ਬਾਬਾ ਜੋਗਾ ਸਿੰਘ ਜੀ ਕਰਨਾਲ ਵਾਲੇ, ਇਹ ਸਾਰੀਆਂ ਹਸਤੀਆਂ ਬਾਬਾ ਜੀ ਦੀ ਸਤਿਕਾਰ ਲੈ ਕੇ ਆਈਆਂ ਨੇ ਜੀ। ਇੱਕ ਤਸਵੀਰ ਸਾਂਝੀ ਲਈ ਜਾ ਰਹੀ ਹੈ ਜੀ। ਹਿਤ ਸਾਹਿਬ ਵਿੱਚ ਇਹ ਕਾਰਜ ਹੋ ਗਿਆ ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਿਤ ਸਾਹਿਬ ਵੀ ਸਤਿਗੁਰੂ ਦੀ ਬਖਸ਼ਿਸ਼ ਲੈ ਕੇ ਆਏ ਨੇ ਇਸ ਪਰਿਵਾਰ ਲਈ, ਉਸ ਚੜ੍ਹਦੀ ਕਲਾ ਲਈ, ਕਿਉਂਕਿ ਬਾਪੂ ਜੀ ਨੇ ਲੰਬੀ ਉਮਰ ਭੋਗ ਕੇ ਬਹੁਤ ਵਧੀਆ ਖਾਲਸਾਈ ਜੀਵਨ ਦੇ ਕੇ ਗਏ ਨੇ ਇਸ ਪਰਿਵਾਰ ਨੂੰ। ਸੋ ਸਤਿਕਾਰ ਦਿੰਦਾ ਜੀ ਸਾਰਿਆਂ ਨੂੰ, ਆਏ ਹੋਇਆਂ ਨੂੰ, ਇਹਨਾਂ ਸਾਰੀਆਂ ਸਤਿਕਾਰਤ ਹਸਤੀਆਂ ਨੂੰ। ਮੈਂ ਬੇਨਤੀ ਕਰਾਂਗਾ ਬੜੇ ਅਦਬ ਦੇ ਨਾਲ, ਬੀਬੀ ਰਣਜੀਤ ਕੌਰ ਜੀ ਮੈਂਬਰ ਐਸ ਜੀ ਟੀ ਸੀ ਉਚੇਚੇ ਤੌਰ 'ਤੇ ਹਾਜ਼ਰ ਹੋਏ ਨੇ, ਉਹਨਾਂ ਦੇ ਨਾਲ ਪ੍ਰੋਫੈਸਰ ਰੁਪਿੰਦਰ ਸਿੰਘ ਜੀ ਵੀ ਹਾਜ਼ਰ। ਡਾਕਟਰ ਚਰਨ ਸਿੰਘ ਦੀ ਯਾਦ ਵਿੱਚ ਆਪਾਂ ਇੱਥੇ ਕਤਲ ਗੁਰਬ ਸਮਾਗਮ ਹੋਇਆ ਹੈ। ਇਹ ਕੋਈ ਸ਼ਰਧਾਂਜਲੀ ਸਮਾਗਮ ਨਹੀਂ ਹੈਗਾ, ਜਿੱਥੇ ਐਡੇ ਐਡੇ ਵੱਡੇ ਮਹਾਂਪੁਰਸ਼ ਢਾਡੀ ਰਾਗੀ ਸਿੰਘ ਸਾਹਿਬ, ਕਿਹੜੇ ਕਿਹੜੇ ਵੱਡੇ ਕੀਰਤਨੀ ਹੈ, ਅਤੇ ਸਾਰਾ ਬੁੱਢਾ ਦਲ ਸਾਰਾ ਹੀ ਆਇਆ ਪਿਆ 96 ਕਰੋੜੀ ਅੱਜ ਤੱਕ, ਅਤੇ ਮੈਂ ਕਹਿੰਦਾ ਇਸ ਤੋਂ ਬਾਅਦ ਹੋ ਗਈ ਪਟਨਾ ਸਾਹਿਬ ਤੱਕ ਗੂੰਜਾ ਪੈ ਰਹੀ ਹੈ, ਅਤੇ ਸਤਿਗੁਰ ਦੇ ਚਰਨ ਅਰਦਾਸ ਕਿਹਾ ਸੀ ਮੇਰਾ ਖਿਆਲ ਕਿਸੇ ਨੇ ਹੁਣੇ, ਕਿ ਪਹਿਲਾਂ ਹੀ ਪੁੱਛੇ ਹੋਏ ਆ ਤਾਂ ਕਰਨਾ, ਇੱਥੇ ਸਾਡੀ ਤਾਂ ਅਰਦਾਸ ਹੀ ਆ ਹੋਰ ਗਾਂ, ਅਤੇ ਮਹਾਰਾਜ ਬਾਣੀ ਇਹ ਕਹਿੰਦੀ ਆ ਵੀ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗੁਆ, ਜਿਹੜੇ ਗੁਰਮੁਖ ਲਾਹਾ ਲੈ ਗਏ, ਡਾਕਟਰ ਚਰਨ ਸਿੰਘ ਲੈ ਗਿਆ ਲਾਹਾ ਇਸ ਸੰਸਾਰ ਦੇ ਉੱਤੋਂ, ਅਤੇ ਮੌਤ ਦਾ ਸੰਬੰਧ ਜਿਹੜਾ ਇਹ ਨਾ ਬਿਮਾਰੀ ਨਾਲ ਆ ਅਤੇ ਨਾ ਉਮਰ ਨਾਲ ਆ। ਜਿੰਨਾ ਕੁ ਮੈਨੂੰ ਸਮਝ ਆਉਂਦੀ ਜੋ ਪੜ੍ਹਿਆ ਕਿ ਜਿਵੇਂ ਬਾਬਾ ਫਰੀਦ ਨੇ ਕਿਹਾ ਕਿ ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਏ ਹੱਡਾ ਕੋ ਕੜਕਾਏ, ਸਾਹੇ ਲਿਖੇ ਨਾ ਚੱਲਣੇ ਜਿੰਦੋ ਕੋ ਸਮਝਾਏ, ਜਿੰਦ ਬੂਟੀ ਮਰਨ ਵਰ ਲੈ ਜਾਸੀ ਪ੍ਰਣਾਏ, ਆਪਣੇ ਹੱਥੀਂ ਜੋੜ ਕੇ ਕਹਿ ਕੇ ਲੱਗੇ ਤਾਏ। ਇਹ ਸ਼ਬਦ ਦੱਸਦਾ ਹੈ, ਅਸੀਂ ਪੜ੍ਹ ਕੇ ਵਿਚਾਰ ਨਹੀਂ ਕਰਦੇ, ਇਹ ਕਹਿੰਦਾ ਜਿੱਦਣ ਬੰਦਾ ਆਉਂਦਾ ਧਰਤੀ 'ਤੇ ਮਾਂ ਦੇ ਗਰਭ 'ਚ ਪ੍ਰਵੇਸ਼ ਕਰਦਾ ਤਾਂ ਵਾਪਸ ਜਾਂ ਸਾਹ ਨਾਲ ਹੀ ਲਿਖਿਆ ਜਾਂਦਾ, ਉਦੋਂ ਵੀ ਤੂੰ ਫਲਾਣੀ ਤਰੀਕ ਨੂੰ ਆਉਣਾ, ਬਾਕੀ ਤਰੀਕਾ ਤਾਂ ਭਾਵੇਂ ਮਿਸ ਹੋ ਜਾਣ ਪਰ ਇਹ ਨਹੀਂ ਮਿਸ ਹੁੰਦੀ। ਇਸ ਕਰਕੇ ਉਹਨੇ ਸਮੇਂ ਨਾਲ ਆ ਕੇ ਆਵਾਜ਼ ਮਾਰ ਦੇਣੀ ਆ ਅਤੇ ਬੰਦਾ ਕਿਹਦਾ ਪਤਾ ਨਹੀਂ ਕਿ ਮੌਤ ਕਦੋਂ ਲੈ ਜਾਂਦੀ ਆ ਕੇ। ਅਤੇ ਬਾਬਾ ਫਰੀਦ ਜੀ ਕਹਿੰਦੇ ਬਾਣੀ ਵਿੱਚ ਦੋ ਦੀਵੀ ਮਿਲਦੇ ਆ ਫਰੀਦਾ ਮਲਕ ਮਹਿਠਾ, ਦੋ ਦੀਵੀ ਮਿਲਦੇ ਆ ਮਲਕ ਮਹਿਠਾ ਆਏ ਗੜ ਲੀਤਾ ਘੜ ਲੁੱਟਿਆ ਦੀਵੜੇ ਕੇ ਅਭਜਾਏ। ਬਾਬਾ ਚਰਨ ਸਿੰਘ ਜੀ ਅਤੇ ਇਹਨਾਂ ਦੀ ਧਰਮ ਪੱਤਰੀ, ਮੈਂ ਕਹਿਣਾ ਚਾਹੁੰਦਾ ਉਹਨਾਂ ਦੇ ਭੋਗ ਅਤੇ ਸੰਸਕਾਰ ਲਈ ਮੈਂ ਆਇਆ ਸੀ, ਉਹ ਇਹਨਾਂ ਤੋਂ ਵੀ ਬਹੁਤ ਮਹਾਨ ਸਾ, ਉਹਨਾਂ ਦੀ ਬੰਦਗੀ ਅਤੇ ਤਪੱਸਿਆ ਦਾ ਕੋਈ ਅੰਤ ਨਹੀਂ ਸੀ, ਉਹਨਾਂ ਦੀ ਤਪੱਸਿਆ ਦਾ ਫਲ ਇਹ ਖਾ ਰਿਹਾ। ਪਰ ਇਹ ਡਾਕਟਰ ਦਲੀਰ ਸਿੰਘ ਆਪਣੇ ਸੰਤ ਜੀ ਬਾਬਾ ਦੇ ਇਹ ਪੁੱਤਰਾਂ ਤੋਂ ਵੱਧ ਕੇ ਕਿਹਾ ਇਸ ਪੁੱਤਰ ਬਣ ਗਿਆ, ਜਿਹੜੇ ਕੰਮ ਉਹ ਸ਼ਾਇਦ ਨਹੀਂ ਕਰ ਸਕੇ ਇਹਨਾਂ ਨੇ ਕਹਾ ਜਾ ਕੀਤੇ। ਅੱਜ ਪੰਜਾਬ ਤੋਂ ਲੈ ਕੇ ਸ਼ਿਕਾਗੋ ਤੱਕ ਗੁਰੂ ਨਾਨਕ ਦੇ ਗੀਤਾਂ ਦੀ ਸੁਰ ਜਾਂਦੀ ਪਈ, ਉਹ ਇਹਨਾਂ ਦੀ ਵਜ੍ਹਾ ਕਰਕੇ ਇਹਨਾਂ ਨੇ ਬਹੁਤ ਪ੍ਰਚਾਰ ਕੀਤਾ, ਪ੍ਰਚਾਰਕਾਂ ਨੂੰ ਸੰਭਾਲਿਆ, ਪ੍ਰਚਾਰ ਕਰਦੇ ਵੀ ਪਏ ਅਤੇ ਪ੍ਰਚਾਰਕਾਂ ਨੂੰ ਸੰਭਾਲਦੇ ਵੀ ਪਏ। ਇਸ ਕਰਕੇ ਇੱਕ ਸਿੱਖਿਆ ਲਿਖਿਆ ਮੈਂ, ਕਿਉਂਕਿ ਹੁਣ ਮੈਂ ਬੋਲਣ ਦਾ ਸਮਾਂ ਹੈ ਨਹੀਂ, ਕਿ ਜਾਨ ਤੋਂ ਤੀ ਦੀਵ ਵੀ ਉਸੀ ਗਈ ਸੀ, ਹੱਕ ਤੋਂ ਜੇ ਤੱਕ ਹੱਕ ਅਦਾ ਨਾ ਹੁੰਦਾ, ਜਾਨ ਦਿੱਤੀ ਵੀ ਉਹਨੇ ਅਤੇ ਲੈ ਵੀ ਹੋਈ ਗਿਆ, ਅਤੇ ਕਰਮਾਂ ਦਾ ਫਲ ਤਾਂ ਮਿਲਣਾ, ਜੋ ਕਹਿੰਦੇ ਵੀ ਆਪਣੀ ਜ਼ਿੰਦਗੀ 'ਚ ਕੀਤਾ ਕੀ ਆ, ਆਪਣੀ ਜ਼ਿੰਦਗੀ ਨੂੰ ਸੁਧ ਕੀ ਦਿੱਤਾ। ਜੇ ਬਾਕੀ ਚੱਲ ਆਪਾਂ ਕਹਿੰਦੇ ਵੀ ਰੋਟੀ ਕੱਪੜਾ ਦਾਨ ਖਾਲੀ ਦਾਨ ਨਹੀਂ, ਆਪਣੀ ਜ਼ਿੰਦਗੀ ਦੇ ਸਵਾਸਥ ਦਾ ਦਾਨ, ਕੋਈ ਸੇਵਾ, ਕੋਈ ਕੌਮ ਦੀ, ਕੋਈ ਦੇਸ਼ ਦੀ, ਕੋਈ ਪਰਿਵਾਰ ਦੀ ਸੇਵਾ ਹੀ ਬਹੁਤ ਆ। ਬਾਹਰ ਜਾ ਕੇ ਪ੍ਰਚਾਰ ਕਰੇ, ਘਰ ਭੁੱਖਾ ਮਰਦਾ ਵੀ ਟਬਾ ਦੇ ਵਿੱਚ ਉਹਨਾਂ ਨੇ ਪ੍ਰਵੇਸ਼ ਕੀਤਾ, ਸਾਡੀ ਸਾਰੀ ਸੰਗਤ ਦੀ ਸਤਿਗੁਰ ਦੇ ਚਰਨਾਂ ਦਿੱਲੀ ਤੋਂ ਚੱਲ ਕੇ ਸਵੇਰੇ ਸਾਰੇ ਪ੍ਰੋਗਰਾਮ ਛੱਡ ਕੇ ਪਹੁੰਚਾ ਇੱਥੇ, ਕਿਉਂਕਿ ਮੇਰਾ ਬੜਾ ਪਿਆਰ ਆ ਸਰ ਡਾਕਟਰ ਬਸੰਤ ਜੀ ਨਾਲ, ਬੇਹੱਦ ਪਿਆਰ ਆ, ਮੈਨੂੰ ਇੱਕ ਫੋਨ ਗਿਆ, ਮੈਂ ਕਿਹਾ ਮੈਂ ਜ਼ਰੂਰ ਪਹੁੰਚਣਾ, ਇਸ ਕਰਕੇ ਮੈਂ ਆਪਣੀ ਹਾਜ਼ਰੀ ਲਾਉਣ ਵਾਸਤੇ ਆ, ਉਹਨਾਂ ਦਾ ਪਾਰ ਉਤਾਰਾ ਤਾਂ ਉਹਨਾਂ ਦੀ ਬਾਣੀ ਦਾ ਹੋ ਜਾਣਾ, ਰਿੰਦਾ ਖੁਦਾ ਤੁਸੀਂ ਕੱਢ ਦੇਣਾ ਅਤੇ ਮੇਰਾ ਵੇਖਾ ਨਾਲ ਹਿੱਸਾ ਪੈ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਥੋੜ੍ਹੇ ਸ਼ਬਦਾਂ ਵਿੱਚ ਬਹੁਤ ਕੁਛ ਕਹਿ ਗਿਆ, ਸ਼ੁਕਰਗੁਜ਼ਾਰਾਂ ਆਪਣਾ ਪਿਆਰ ਵੀ ਜ਼ਾਹਰ ਕਰ ਗਿਆ। ਮੈਂ ਬੜੇ ਅਦਬ ਨਾਲ ਬੇਨਤੀ ਕਰਾਂਗਾ ਸਾਡੇ ਵਿਧਾਨ ਸਭਾ ਦੇ
ਸਭ ਡਿਪਟੀ ਸਪੀਕਰ ਸਾਹਿਬ ਸਰਦਾਰ ਬੀਰ ਬਿੰਦਰ ਸਿੰਘ ਜੀ, ਜਿਨ੍ਹਾਂ ਨੂੰ ਬੜੀ ਮੁਬਾਰਕ ਹੈ, ਸਤਿਗੁਰ ਨੇ ਦਿੱਤੀ ਬੜੀ ਬਖਸ਼ਿਸ਼ ਹੈ, ਜਦੋਂ ਕਿਤੇ ਸਾਹਿਬਜ਼ਾਦਿਆਂ 'ਤੇ ਬੋਲਦੇ ਨੇ ਅਤੇ ਬਾਹਰ ਕਮਾਲ ਕਰ ਜਾਂਦੇ ਨੇ। ਔਰ ਸਿੱਖ ਇਤਿਹਾਸ ਦੀ ਪਕੜ ਬੜੀ ਹੈ, ਕਿਉਂਕਿ ਸਿੱਖ ਸਟੂਡੈਂਟ ਫੈਡਰੇਸ਼ਨ ਲਈ ਉਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਕਾਰਜ ਕੀਤਾ। ਮੈਂ ਬੇਨਤੀ ਕਰਾਂਗਾ ਸਰਦਾਰ ਸਰਵਰੇ ਕਾਇਨਾਤ ਹਲਤ ਸੁੱਖ ਪਲਤ ਸੁੱਖ ਦੇ ਸਵਾਮੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਗੁਰੂ ਰੂਪ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਅਸੀਂ ਸਾਰੇ ਡਾਕਟਰ ਸਾਹਿਬ ਲਈ ਸ਼ਰਧਾ ਅਤੇ ਪਿਆਰ ਦੇ ਬੋਲ ਲੈ ਕੇ ਜੁੜੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਕੱਦਸ ਗੋਦ ਵਿੱਚ ਪੰਥ ਦੀਆਂ ਅਜਿਹੀਆਂ ਅਜ਼ੀਮ ਸ਼ਖਸੀਅਤ ਉਚਿਤ ਜਿਹੇ ਸਮੇਂ ਵਿੱਚ ਕੁਝ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਾਂਗਾ। ਡਾਕਟਰ ਸਾਹਿਬ ਸਾਡੇ ਪਿੰਡਾਂ ਦੇ ਸਨ, ਸਾਡੀ ਵੱਟ ਨਾਲ ਵੱਟ ਸਾਂਝੀ। ਮੈਨੂੰ 1980 ਵਿੱਚ MLA ਬਣਾਉਣ ਵਾਲੇ ਜਿਹੜੇ ਵੱਡੇ ਬਜ਼ੁਰਗ ਜਿਨ੍ਹਾਂ ਦੀ ਮੈਨੂੰ ਆਸ਼ੀਰਵਾਦ ਨਸੀਬ ਹੋਈ, ਉਹਦੇ ਵਿੱਚ ਡਾਕਟਰ ਚਰਨ ਸਿੰਘ ਸਾਹਿਬ ਸ਼ਾਮਿਲ ਸਨ। ਮੈਨੂੰ ਉਹਨਾਂ ਦੀ ਬੜੀ ਵੱਡੀ ਸਰਪ੍ਰਸਤੀ ਮਿਲੀ। ਸੰਤ ਬਾਬਾ ਦਲਜੀਤ ਫਾਰਸੀ ਦਾ ਬਹੁਤ ਵੱਡਾ ਸ਼ਾਇਰ ਹੋਇਆ, ਸ਼ੇਖ ਸ਼ਾਦੀ, ਉਹਦੇ ਦੋ ਖੂਬਸੂਰਤ ਡਾਕਟਰ ਚਰਨ ਸਿੰਘ ਹੋਰਾਂ ਦੀ ਜੀਵਨ ਦੀ ਵਿਆਖਿਆ ਵਿੱਚ ਬੜੇ ਟੁਕਦੇ। ਪਹਿਲਾ ਉਸਦਾ ਸ਼ੇਰ ਹੈ ਕਿ ਅਸਾਈਸੇ ਦੋ ਗੀਤੀ ਤਫਸੀਰ ਈ ਦੋਹਰ ਫਸ਼, ਅਸਾਈਸੇ ਦੋ ਗੀਤੀ ਤਫਸੀਰ ਈ ਦੋਹਰ ਫਸ਼ ਬਾ ਦੋਸਤਾਂ ਤਲਤਫ ਬਾ ਦੁਸ਼ਮਨਾ ਮਦਾਰਾ। ਤੁਹਾਡੀ ਸੌਖ ਵਾਸਤੇ ਸ਼ੇਖ ਸ਼ਾਦੀ ਫਰਮਾਨ ਦੀਆਂ ਦੌਲਤਾਂ ਅਤੇ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਨੇ, ਉਹਨਾਂ ਨੂੰ ਵੀ ਅਦਬ ਅਤੇ ਮੁਹੱਬਤ ਨਾਲ ਦੇਖਦਾ ਹੋਵੇ। ਅਤੇ ਇੱਕ ਇੱਦਾਂ ਦਾ ਹੀ ਢੁਕਵਾਂ ਹੋਰ ਹੈ, ਉਹ ਵੀ ਡਾਕਟਰ ਇਹਨਾਂ ਸ਼ੇਖ ਸ਼ਾਦੀ ਹੋਰਾਂ ਦਾ ਹੈ ਕਿ ਬਜ਼ੁਰਗੀ ਬਾ ਕਲਸਤ ਨਾ ਬਸਾਲ, ਤਵੰਗਰੀ ਬਾ ਦਲਸ ਨਾ ਬਵਾਲ, ਬਜ਼ੁਰਗੀ ਬਾ ਅਕਲ ਅਸਤ। ਬਜ਼ੁਰਗੀ ਜਿਹੜੀ ਹੈ ਉਹ ਅਕਲ ਦੀ, ਵਿਜ਼ਡਮ ਦੀ ਇੱਕ ਅਵਸਥਾ ਹੈ, ਇਹਦਾ ਉਮਰ ਦੇ ਸਾਲਾਂ ਨਾਲ ਕੋਈ ਸੰਬੰਧ ਜਿਹੜੀ, ਔਰ ਅਮੀਰੀ ਜਿਹੜੀ ਹੈ ਇਹ ਰੂਹ ਦੀ ਹੈ, ਇਹਦਾ ਲਿਬਾਸ ਨਾਲ ਕੋਈ ਤਾਲੁਕ ਨਹੀਂ ਹੈ। ਇਸ ਵਾਸਤੇ ਡਾਕਟਰ ਚਰਨ ਸਿੰਘ ਹੋਰੀ ਉਹਨਾਂ ਨੂੰ ਬਹੁਤ ਵਾਰ ਉਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਦੀਆਂ ਸਨ। ਮੈਂ ਮੌਤ ਦੇ ਬਾਰੇ ਬਹੁਤਾ ਕੁਝ ਨਹੀਂ ਕਹਿਣਾ, ਇੱਕ ਨਿੱਕੀ ਜਿਹੀ ਬਹੁਤ ਪਿਆਰੀ, ਸਭ ਤੋਂ ਲੰਮਾ ਸਮਾਂ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਵਿੱਚ ਉਹਨਾਂ ਨੇ ਗੁਜ਼ਾਰਿਆ, ਚਾਰੇ ਉਦਾਸੀਆਂ ਵਿੱਚ। ਆਖਰੀ ਸਮੇਂ ਜਿਸ ਦਿਨ ਭਾਈ ਮਰਦਾਨਾ ਜੀ ਨੇ ਸਵਾਸ ਤਿਆਗੇ ਨੇ, ਆਖਰੀ ਸਮੇਂ ਦਾ ਸੰਵਾਦ ਹੈ ਗੁਰੂ ਨਾਨਕ ਪਾਤਸ਼ਾਹ ਦੇ ਨਾਲ। ਚੌਥੀ ਉਦਾਸੀ ਹੈ, ਪਾਤਸ਼ਾਹ ਜਾ ਰਹੇ ਨੇ ਕੁਰਦ ਵੱਲ, ਪਹਿਲੀ ਵਾਰੀ 52 ਸਾਲ ਦੀ ਮਿੱਤਰਤਾ ਵਿੱਚ ਭਾਈ ਮਰਦਾਨਾ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਚੌਥੀ ਉਦਾਸੀ 'ਚ, ਬਾਬਾ ਹੋਰ ਕਿੰਨੇ ਕੁ ਪੈਂਡੇ ਕੱਛੜੇ ਸੁ, ਬਾਬਾ ਹੋਰ ਕਿੰਨੇ ਕੁ ਪੈਂਡੇ ਕੱਛਣੇ ਸੁ, ਇਹ ਪੈਂਡੇ ਕੱਛਣੇ ਸੁ, ਤੁਹਾਡਾ ਸਫ਼ਰ ਤਾਂ ਮੁੱਕਣ ਹੀ ਵਾਲਾ, ਸਾਡਾ ਸਫ਼ਰ ਹਲੇ ਪਕਾਇਆ। ਜਦੋਂ ਇੰਨੀ ਗੱਲ ਆਖੀ ਤੇ ਭਾਈ ਮਰਦਾਨਾ ਕਹਿੰਦੇ, ਬਾਬਾ ਮੈਂ ਇੰਜ ਤੇ ਨਹੀਂ ਆਖਿਓ, ਕਹਿੰਦੇ ਸਹਿ ਸਵਾਏ ਹੁਣ ਤੇ ਗੱਲ ਨਿਕਲ ਗਈ, ਤੇ ਜਾ ਕੇ ਲੰਗਰ ਛਕਿਆ ਕੁਰਦ। ਭਾਈ ਮਰਦਾਨਾ ਲੰਗਰ ਛਕੀ ਜਾ ਰਹੇ ਨੇ, ਗੁਰੂ ਨਾਨਕ ਸਾਹਿਬ ਦੇਖ ਰਹੇ ਨੇ, ਮੁਸਕਰਾ ਰਹੇ ਨੇ, ਤੇ ਭਾਈ ਮਰਦਾਨਾ ਨਾਲੇ ਲੰਗਰ ਛਕੀ ਜਾਂਦੇ ਨੇ, ਤੇ ਨਾਲੇ ਕਿਉਂਕਿ ਮਿੱਤਰ ਜੋ ਸਨ, ਮਰਾਸੀ ਵੀ ਸਨ, ਤੇ ਠੱਠਾ ਬਖੌਲ ਵੀ ਗੁਰੂ ਸਾਹਿਬ ਨੂੰ ਕਰ ਲੈਂਦੇ ਸੀ ਕਿ ਛਕ ਲਿਆ, ਕਹਿਣ ਲੱਗੇ ਇੱਥੇ ਬਰਾਜਦੇ ਆ। ਮਹਾਰਾਜ ਕਹਿੰਦੇ ਹਲੇ ਪੈਂਡੇ ਵੀ ਕੱਛਣੇ ਸੁ, ਥੋੜੇ ਸੇ ਸਫ਼ਰ ਵੀ ਬਾਕੀ ਹੈ, ਤੇ ਕੁਰਦ ਪਿੰਡ ਤੋਂ ਬਾਹਰ ਜਾ ਕੇ ਕੁਰਦ ਦਰਿਆ ਦੇ ਕਿਨਾਰੇ ਵਿੱਚ ਦਰਦ ਸ਼ੁਰੂ ਹੋਇਆ,
कि गुरु महाराज नूं आखदे ने बाबा बदन विच पीड़ा पईआं पैंदीआं सी, पीड़ा पईआं पैंदीआं सी। महाराज ने अगे हो के गोदी विच सीस रख लिया भाई मरदाने दा, दोवां मोढ़िआं तों कुटणा शुरू कीता। भाई मरदाने ने अखां मीच लिया। इस तरह का ही कुछ नज़ारा होया जदों डॉक्टर चरण सिंह होरां ने मैनूं दस्सिया, परमजीत सिंह होरां ने जदों वह इस संसार तो विदा हुए, सारे परिवार नूं आले दुआले बुला लिया, ड्यूटियां ला दियां, ते जदों दोवें मोढ़े घुट्टे ते अखां ते जदों अखां मीटियां, महाराज ने दोवें मोढ़िआं तों खलोण के आखिया, भाई जी अखां टडो, विछोड़े का। उन्हां ने दोवें अखां टड के सतगुरां दी अखां चखा पा के 52 साल की मित्रता विच पहली बारी गुरु नानक साहब नूं पुछिया, बाबा कौन है तू, बाबा तू कौन है? ते गुरु नानक साहब अगों आखदे, ओही ओ तलवंडी के बेदियां का नानक पछाता नहीं हो। तो अगों मरदाना गोदी च पिया आखदा, नहीं बाबा नहीं, बाबा तू ते खुदाए है, बाबा तू ते रब है, ऊम है, मैं तेंडा डूम है, तू खुदाए का डूम है, मैं तेंडा डूम है। महाराज कहंदे, भाई जी कड़ियां काई नहीं, चप्पे आखो तुसा को गोर विच पाईए जा अग्नि विच जलाईए, अग विच जलाईए या मिट्टी विच दबाईए। ता बाबा किवें के उठी, मैं को मिट्टी ते हड्डां दी कैद विच काई नहीं पावना, बाबा बस गोर विच ना पावी। ते महाराज ने फिर कहन लगे, हुण समा आ गया, 24 स्वास बाकी, बड़ी सेवा कीती है, हुण जो मांगना मांग लो, मैं इत्थे आ गया। गुरु नानक साहब कह रहे ने, भाई मरदाने तू रब है, बाबा मोको बिछोड़ना नाही, बाबा मोको बिछोड़ना नाही। जद 5 स्वास रह गए, गुरु महाराज कहन लगे, अच्छा भाई मरदाना स्वास त्याग के। महाराज ने अपनी हत्थी च खचनी, दरिया कुरत चो पानी लेके इशनान कराया, जेड़ी रमने दिया उंगलां तो बिना किसी ने छोया नहीं सी। 42 साल बाद पहली बार गुरु नानक साहब ने और बाप खुद हत्थी चुकी, चिखा चिणी हुई है, विदा कर रहे ने अपने मित्र नूं, कोर्टां दे जथेदार, उन्हां दी हाजरी संतां महापुरशां रागियां और होर विद्वानां दी हाजरी विच मेरी इन्नी क हाजरी प्रवान करना, कोई शब्द कुथां आख्या गया होवे उस दी सारी संगत तों खिमा जाचना करदा हां, फतेह मंजूर करना। वाहिगुरू जी का खालसा, श्री वाहिगुरू जी का फतेह। सत्कार नाल बेनती करां ज्ञानी परमजीत सिंह जी, गौरे मस्कीन मस्कीन साहब जी दे राज। सतगुरु पातशाह जी दे महान मुकद्दस कदमां विराजमान वालियां आत्मावां हन, हजारां जन्मां दी बंदगी तखत साहब जी के दर्शन का भी फल नहीं रखती, उन्हां महान तख्तां के अजीम सेवादार सिंह साहिबान संगत विच तशरीफ फरमा हन। दास तों पहलां बहुत ही रंगिया होया हिरदा, जिन्हां दे विचार सुन के सारे नेत्र नम होए हन, सरदार वीरेंद्र सिंह जी अते होर वड्डियां आत्मावां गुरु दरों निवाजे हुए हिरदे तशरीफ फरमा हन। गुरु रूप संगतां नूं गुरु रूप जाणदिआं नतमस्तक होंदिआं गुरु फतेह दा खासतकार हाँ, वाहिगुरू जी का खालसा वाहिगुरू जी की फतेह। उन्होंने खुरम शहर का नज़ारा गुरु नानक देव जी की नज़रे इनायत सदका सारे संसार से गुरु नानक देव जी की सदा नूं पहुँचा रहे ने, श्रीमान संत बाबा दलजीत सिंह जी शिकागो वाले। ज़्यादा समा नहीं लैना, जिवें जौहल साहब ने कहा, समा बहुत थोड़ा है ते नाले पिछे खड़े भी ने, इन्हां दा कद काठ भी इस तरह का है,
ਕਿ ਜੇ ਪਿੱਛੇ ਖੜ੍ਹੇ ਹੋਣ ਤਾਂ ਬੰਦਾ ਡਰਨ ਲੱਗ ਪੈਂਦਾ ਅਗਲਾ ਬੁਲਾਰਾ, ਅਤੇ ਜੇ ਮਾੜਾ ਜਿਹਾ ਹੱਥ ਹਿੱਲ ਗਿਆ ਤਾਂ ਅਗਲੇ ਦੀ ਖੈਰ ਕੋਈ ਨਹੀਂ। ਮੈਂ ਸਮੇਂ ਦਾ ਤਕਾਜ਼ਾ ਦੇਖਦਿਆਂ ਹੋਇਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਾਣਾ ਸਾਰਿਆਂ ਨੇ ਹੈ ਸੰਸਾਰ ਤੋਂ, ਪਰ ਮਨਮੁੱਖਾਂ ਦਾ ਜਾਣਾ ਅਤਿਅੰਤ ਦੁਖਦਾਈ ਹੁੰਦਾ, ਗੁਰਮੁਖਾਂ ਦਾ ਜਾਣਾ ਵੀ ਆਨੰਦਮਈ ਹੁੰਦਾ। ਮਨਮੁੱਖਾਂ ਦੀ ਮੌਤ ਉਹਨਾਂ ਨੂੰ ਸਜ਼ਾ ਦੇ ਰੂਪ ਵਿੱਚ ਮਿਲਦੀ ਹੈ ਅਤੇ ਗੁਰਮੁਖਾਂ ਦੀ ਮੌਤ ਸੇਵਕ ਦੇ ਰੂਪ ਵਿੱਚ ਆਉਂਦੀ ਹੈ। ਭਾਈ ਜੀ ਨੇ ਉਦਾਹਰਣਾਂ ਬੜੀਆਂ ਬਾਕਮਾਲ ਪੇਸ਼ ਕੀਤੀਆਂ ਹਨ ਕਿ ਜੈਸੇ ਕਿਰਤਾਸ ਗਰ ਜਾਤ ਜਲ ਬੋਂਦ ਭਰੀ, ਕ੍ਰਿਤ ਸੰਬੰਧ ਜਲ ਮੱਧ ਸਾਵਧਾਨ ਹੈ, ਸੰਗ ਗੰਗ ਸਾਗਰ ਨਾ ਮਾਨ ਹੈ। ਜੇ ਉਸਨੂੰ ਲੱਕੜ ਦੀ ਸੰਗਤ ਕਾਠ ਦੀ ਸੰਗਤ ਪ੍ਰਾਪਤ ਹੋਵੇ ਅਤੇ ਅਰਬਾਂ ਖਰਬਾਂ ਮੀਟ੍ਰਿਕ ਟਨ ਲੋਹਾ ਰੋਜ਼ ਸਾਗਰਾਂ ਵਿੱਚ ਤਰਦਾ ਦਿਖਾਈ ਪੈ ਰਿਹਾ, ਜੈਸੇ ਕੋਟ ਸਾਡੇ ਸਮੇਤ ਸਭ ਨੇ ਰੁਖਸਤ ਹੋਣਾ, ਮਿਟੇ ਹੈ ਯਹਾਂ ਪਰ ਨਿਸ਼ਾਨ ਕੈਸੇ ਕੈਸੇ, ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ, ਜਿਨਕੇ ਡੰਕੋ ਸੇ ਗੋਜਤੇ ਥੇ ਜ਼ਮੀਨੋ ਆਸਮਾਨ, ਚੁੱਪ ਪੜੇ ਹੈ ਕਬਰ ਮੈਂ ਅਬ ਹੂੰ ਨਾ ਹਾਂ ਕੁਛ ਵੀ ਨਹੀਂ, ਪਰ ਸੇਵਕ ਬਣ ਕੇ ਮੌਤ ਗੁਰਮੁਖਾਂ ਲਈ ਆਉਂਦੀ ਹੈ। ਬੜੇ ਗਹਿਰੇ ਬੋਲ ਨੇ ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ, ਕਹਿੰਦੇ ਨੇ ਤੈਸੇ ਕਾਲ ਬਿਆਲ ਨਿਤ ਸਗਲ ਸੰਸਾਰ ਗ੍ਰਾਸੈ, ਸਤਿਗੁਰ ਭੇਟਤ ਹੀ ਦਾਸਨ ਦਸਾਨ ਹੈ। ਜਿਹੜੇ ਸੰਸਾਰ ਦੇ ਲੋਕ ਨੇ ਉਹਨਾਂ ਨੂੰ ਮੌਤ ਜ਼ਹਿਰੀਲੇ ਨਾਗ ਦੀ ਤਰ੍ਹਾਂ ਖਾ ਜਾਂਦੀ ਹੈ, ਅੱਜ ਦਹੇ ਦੀ ਤਰ੍ਹਾਂ ਨਿਕਲ ਜਾਂਦੀ ਹੈ, ਉਹਨਾਂ ਦਾ ਜੀਵਨ ਅਤੇ ਮੌਤ ਦੁੱਖਮਈ ਹੁੰਦੇ ਨੇ, ਪਰ ਗੁਰਸਿੱਖਾਂ ਦਾ ਉਹ ਅੰਤਿਮ ਸਮਾਂ, ਗੁਰਮੁਖਾਂ ਦਾ ਅੰਤਿਮ ਸਮਾਂ, ਮੌਤ ਆਉਂਦੀ ਹੈ ਸੇਵਕ ਦੀ ਤਰ੍ਹਾਂ, ਜਿਵੇਂ ਕੋਈ ਸੇਵਕ ਸਨਮਾਨ ਨਾਲ ਲੈ ਜਾਂਦਾ, ਉਸ ਤਰ੍ਹਾਂ ਦੀ ਆਤਮਾ ਨੇ ਸਤਿਕਾਰਯੋਗ ਡਾਕਟਰ ਚਰਨ ਸਿੰਘ ਜੀ, ਜਿਨ੍ਹਾਂ ਦਾ ਆਪਣਾ ਜੀਵਨ ਪਹਿਲੇ ਆਰਮੀ ਵਿੱਚ ਉਹਨਾਂ ਨੇ ਆਪਣਾ ਜੀਵਨ ਸੇਵਾ ਵਿੱਚ ਲਾ ਰੱਖਿਆ, ਫਿਰ ਜਦੋਂ ਰਾਜਾ ਹਰੀ ਸਿੰਘ ਨੇ ਪਾਕਿਸਤਾਨ ਨਾਲ ਰਲਣ ਤੋਂ ਇਨਕਾਰ ਕੀਤਾ, ਪਾਕਿਸਤਾਨ ਦੀਆਂ ਸੈਨਾਵਾਂ ਚੜ੍ਹ ਕੇ ਆ ਗਈਆਂ, ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਕਿ ਹੇ ਗੁਰੂ ਪਿਤਾ, ਇੱਕ ਦਫ਼ਾ ਕਸ਼ਮੀਰੀ ਤੇਰੇ ਕੋਲ ਆਏ ਸਨ, ਤੂੰ ਆਪਣਾ ਸੀਸ ਦੇ ਦਿੱਤਾ ਸੀ ਅਤੇ ਮੈਂ ਤੇਰੇ ਕਦਮਾਂ 'ਤੇ ਸਜਦਾ ਕਰਦਿਆਂ ਕਸ਼ਮੀਰ ਦੀ ਰਾਖੀ ਲਈ ਆਪਣਾ ਸੀਸ ਦੇਣ ਜਾ ਰਿਹਾ। ਉਹਨਾਂ ਨੇ ਆਪਣੀ ਵੱਡੀ ਸੇਵਾ ਸਮਰਪਿਤ ਕੀਤੀ ਅਤੇ ਫਿਰ ਪੰਜਾਬ ਹੈਲਥ ਸਿਸਟਮ ਵਿੱਚ ਉਹਨਾਂ ਨੇ ਲੰਬਾ ਸਮਾਂ ਸੇਵਾਵਾਂ ਨਿਭਾਈਆਂ ਅਤੇ ਅੱਜ ਕੱਲ੍ਹ ਸੀਰੀਆ ਤੁਸੀਂ ਦੇਖਦੇ ਹੋ ਜੇ ਸਤਿਕਾਰਯੋਗ ਸੰਤ ਬਾਬਾ ਦਲਜੀਤ ਸਿੰਘ ਜੀ ਦਿੱਤੇ ਹਨ, ਜੋ ਉਹਨਾਂ ਦਾ ਨਾਮ ਵੀ ਰੋਸ਼ਨ ਕਰ ਰਹੇ ਨੇ ਅਤੇ ਗੁਰੂ ਦੇ ਨਾਮ ਨਾਲ ਵੀ ਸੰਗਤ ਨੂੰ ਜੋੜ ਰਹੇ ਨੇ। ਬਹੁਤ ਬਹੁਤ ਧੰਨਵਾਦ। ਕੁਲਚੁਕ ਦੀ ਨਈ ਫਤਿਹ ਦੀ ਦਾਤ ਆਪਣੀ ਆਪਣੀ ਚੌਲੀ 'ਚ ਪਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰਗੁਜ਼ਾਰ ਹਾਂ ਜੀ ਸਰਦਾਰ ਸੰਤੋਖ ਸਿੰਘ ਜੀ ਸ਼ਿਵਾਲਿਕ, ਉਹਨਾਂ ਤੋਂ ਵੀ ਮੰਦਾ ਜਾਚਕ ਹਾਂ। ਔਰ ਮੈਂ ਬੇਨਤੀ ਕਰਾਂਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਨਯੋਗ ਸਰਦਾਰ ਚਰਨਜੀਤ ਸਿੰਘ ਜੀ, ਸਾਡੇ ਸਾਬਕਾ ਸਪੀਕਰ ਸਾਹਿਬ ਪੰਜਾਬ ਵਿਧਾਨ ਸਭਾ ਦੇ, ਉਹ ਸੰਗਤ ਦਾ ਸਾਰੀ ਦਾ ਧੰਨਵਾਦ ਵਜੋਂ ਦੋ ਸ਼ਬਦ ਸਾਂਝੇ ਕਰਨਗੇ, ਕਿਉਂਕਿ ਚੌਧਰੀ ਨੰਦ ਲਾਲ ਜੀ ਵੀ ਬੈਠੇ ਨੇ, ਉਹਨਾਂ ਤੋਂ ਖਿਮਾ ਮੰਗਦਾ ਸਾਡੇ ਸਾਬਕਾ MLA ਸਾਹਿਬ ਨੇ, ਕਿਉਂਕਿ ਸਪੀਕਰ ਸਾਹਿਬ ਉਚੇਚੇ ਤੌਰ 'ਤੇ ਹਾਜ਼ਰ ਹੋਏ ਨੇ, ਉਹਨਾਂ ਨੂੰ ਬੜੇ ਅਦਬ ਨਾਲ ਬੇਨਤੀ ਕਰਾਂਗਾ। ਇਹਨਾਂ ਤੋਂ ਬਾਅਦ ਸਤਿਕਾਰਯੋਗ ਸਾਰੇ ਸਿੰਘ ਸਾਹਿਬ ਆਪ ਜੀ ਨਾਲ ਮੁਖਾਤਬ ਹੋਣਗੇ ਜੀ। ਮੈਂ ਬੜੇ ਅਦਬ ਨਾਲ ਬੇਨਤੀ ਕਰ ਰਿਹਾ ਮਾਨਯੋਗ ਸਰਦਾਰ ਚਰਨਜੀਤ ਸਿੰਘ ਜੀ ਉਚੇਚੇ ਜੀ। ਚੰਦੂ ਮਾਜਰਾ MLA ਹਲਕਾ ਸਨੌਰ ਤੋਂ ਉਹ ਵੀ ਬੈਠੇ ਨੇ, ਬਾਬਾ ਰੰਧਾਵਾ ਜੀ ਔਰ ਬਾਬਾ ਸਤਨਾਮ ਜੀ ਦੇ ਅਸਥਾਨ ਤੋਂ ਮੁੱਖ ਸੇਵਾਦਾਰ ਬਾਬਾ ਜੀ ਉਹ ਵੀ ਆਏ ਹੋਏ ਨੇ, ਬਾਬਾ ਚਰਨਜੀਤ ਸਿੰਘ ਜੀ ਭੇਜਵਾਲ ਤੋਂ ਵੀ ਆਏ ਹੋਏ ਨੇ ਔਰ ਸਰਦਾਰ ਸੇਵਾ ਸਿੰਘ ਜੀ ਸ਼ੇਖਮਾ ਆਪ ਨਹੀਂ ਆ ਸਕੇ, ਮੋਹਾਲੀ ਤੋਂ ਵੀ ਆਏ ਹੋਏ ਨੇ। ਬਹੁਤ ਸਾਰੀਆਂ ਸੰਗਤਾਂ ਨੂੰ ਮੇਰੀ ਗੁਜ਼ਾਰਿਸ਼ ਹੈ, ਬਿਲਕੁਲ ਥੋੜ੍ਹਾ ਸਮਾਂ ਆਪ ਸੰਗਤਾਂ ਨੇ ਇਸੇ ਤਰ੍ਹਾਂ ਬੈਠੇ ਰਹਿਣਾ ਹੈ। ਮੈਂ ਮਾਨਯੋਗ ਅਟਵਾਲ ਸਾਹਿਬ ਨੂੰ ਬੇਨਤੀ ਕਰਾਂਗਾ ਉਹ ਸੰਗਤਾਂ ਦੇ ਦਰਸ਼ਨ ਕਰਨ। ਅਟਵਾਲ ਸਾਹਿਬ ਜੀ ਗੁਰੂ ਗੋਬਿੰਦ ਸਾਹਿਬ ਸੰਗਤ ਜੀ ਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
अज आप सारे ही साढ़े बहुत ही सत्कारयोग डॉक्टर चरण सिंह जी होना की अरदास शामिल होने लई गुरु महाराज के चरणों में हाजरियां लवा रहे हैं। मैं भी थोड़े सारिया के नाल रल के यो ही अरदास करांगा सच्चे पातशाह उस आत्मा नू अपने चरणों से नवास बख्शे और पिछे परिवार में पाणा मनन का बल बख्शे। इस गल्ल कोई शक नहीं, कोई दो रहना नहीं कि जो प्राणी जो गुरु महाराज ने किसी प्राणी को सवासा की पूंजी बख्शी है जदों वो खत्म हो जाए और जो अंधाने की बख्शिश की है जदों वो खत्म हो जाए और तीसरा जदों वो अस्थान आ जाए। कई बार आप देखते हैं कोई इंसान जमदा कितने है, जवान कितने हुंदा, गृहस्थ जीवन कितने बतीत करता है, लेकिन मौत उसकी ऐसे स्थान पर हुंदी है जिथे कदे सोचा भी नहीं जा सकता कि इस इंसान की ऐसे थान पर मौत किस तरह भी हो सकती है, लेकिन इंसान की मौत हुंदी है। इंसान नहीं जाता बल्कि मौत इंसान को खिंच के ले जाती है। तो मैं संगत बाणी में भी गुरु महाराज फरमाते हैं जो आया सो चल सी सब कोई आई बात। गुरु महाराज फिर फरमाते लगे इस नाल की जाए दोस्ती सब जग चलन हार, फिर अगे फरमाते सब ना सौरे वंजना सब मकलावन हार। इसलिए संसार उपर जो भी प्राणी आया है उसने संसार को जाना ही जाना। मैं एक गल कह के थोड़े को फबा ले लैनी है, मेरिया बहुत ही सत्कारयोग शख्सियत बैठिया ने और बहुत ही सत्कारयोग शख्सियत अगे मेरे तो पहला उन्होंने सत्कार भेट कर चुकी हैं। तो मैं एक गल कह के कहते हैं कि जो बैबल के स्थान पर सिकंदर मंगन लगा उन्हें अपने साथियों ने एक गल कही, कहते हैं वक्त अहलत जब जहाँ से चला हाथ खाली था कफन से बाहर था। कहते उन्हें अपने सिकंदर ने साथियों ने कहा कि जिस वेले तुसी मेरा जनाजा लेके जाओ तुसी मेरे हाथ कफन तो बाहर रख लो। वो दुनिया में दरअसल हकीकत यह है कि वह दसना यह चाहता सी कि वो सिकंदर जिस सिकंदर ने अपने मन की लालसा पूरी करने लगी कि मैं दुनिया को फतेह करना है, वो सिकंदर जिस सिकंदर ने अपनी लालसा पूरी करने लगी हजारा लखा बेगुनाह इंसानों को मौत की भेंट चाढ़ता, वो इंसान जिस इंसान ने अपने मन की लालसा पूरी करने लगी तन दौलत बाहर खड़े करने लगी हुक वास्ते शहर में तबाह कर दिता, उस अंदर भी अज संसार तो जेकर जा रहा है तो केवल कोई चंगा काम जो जिंदगी किया तो वह जाना बाकी संसार तो खाली हाथ जा रहा। इसलिए इंसान जाना सारे ही गुरु महाराज ने भी इंसान की जिंदगी कितने बुलबुला किया है इस संसार में सराह किया गया, इसलिए जाना सारे ही संसार तो है। पर सवाल यह है कि जो प्राणी संसार के उपर आया है वो संसार ले की करके गया है, संसार में की देन दे के गया। तो मैं समझना डॉक्टर चरण सिंह जी होना उन्होंने अपनी जिंदगी में जितने बतौर देश के सिपाही देश की राखी की उत्थे आके अपने समाज की अपने इलाके की सेवा भी की। और जितने मेरा वीर छोटा वीर है वो ही मैं समझना कि सर डॉक्टर साढ़े बहुत ही सत्कारयोग संत बाबा दलजीत सिंह जी मैं मौका मिले उ शिकागो जाने का भी इन्होंने दर्शन कर मैं वो दिन भी याद है कि किन्ना ये बाहर सिखी को फैलाने का प्रचार करने कि योगदान पा रहे हैं। मैं वो दिन याद है जो गुरु रविदास जी महाराज जी का भगत जी का जो दिन मनाया जा रहा है तो 40 शहर इन्होंने कीर्तन दरबार कराए जा रहे सन और सिखी का प्रचार किया जा रहा। मैं समझना बहुत घट ऐसे महापुरख वेखन मिले
मैं वो महापुरख भी वेखे ने अपनी जिंदगी जेड़े महाराज जी का प्रकाश तो होया है, लेकिन आप अगे थले थड़ा ला के बैठे ने महाराज जी के चरणों गुरु ग्रंथ साहब जी महाराज के चरणों जोड़न की बजाय वो अपने पासे वाल अपने वालों करते हैं। लेकिन यह महान शख्सियत ऐसी है जिहड़ी गुरु ग्रंथ साहब जी महाराज के चरणों संतों को जोड़न का प्रयास करते हैं और सिखी की सेवा करते हैं। इसलिए मैं अपने वालों अपने परिवार वालों और श्रोमणी अकाली दल के सीनियर प्रधान होने के नाते अपने श्रोमणी अकाली दल वालों उस महान आत्मा को सत्कार भेट करता हाँ और श्रद्धा के फुल भेट करता इन्हीं हाजरी प्रवान करना। वाहेगुरू जी का खालसा वाहेगुरू जी की फतेह।